ਵਾਲੀ ਨੂੰ ਫਾਇਦੇ ਕਰਵਾਏ ਸੀ ਕਸਟਮਰ ਦੇ ਕੇਸੀਆਈ ਰੋਜੀ ਲਾਈਫ ਸਰਹੰਦ ਵਾਲਿਆਂ ਨੇ। ਮੈਂ ਕਿਸੇ ਕਵਾੜ ਦੀ ਦੁਕਾਨ ਦੇ ਵਿੱਚ ਮੌਜੂਦ ਨਹੀਂ ਹੈਗਾ, ਇਸ ਵਕਤ ਫੇਰ ਦੁਬਾਰਾ ਉੱਥੇ ਪਹੁੰਚੇ ਆ ਤੇ ਤੁਹਾਡੇ ਫਾਇਦੇ ਕਰਵਾਵਾਂਗੇ। ਪਿਛਲੀ ਵਾਰ ਖੁੱਲੇ ਫਾਇਦੇ ਕਰਵਾਏ ਸੀ ਅਨੇਕਾਂ ਕਸਟਮਰਾਂ ਤੇ, ਇਸ ਵਾਰ ਵੱਡੀ ਆਫਰ ਲਗਾਤੀ ਫੇਰ ਦੁਬਾਰਾ 2024 ਨੂੰ ਲੈ ਕੇ ਪਹਿਲੇ 1100 ਕਸਟਮਰਾਂ ਲਈ ਫੇਰ ਦੁਬਾਰਾ ਜਿਹੜਾ ਵੀ ਪੁਰਾਣਾ ਸਮਾਨ ਲੈ ਕੇ ਆਊਗਾ ਕਬਾੜ ਦਾ ਟੁੱਟਿਆ ਭੱਜਿਆ 5000 ਚ ਕੱਟੇ ਜਾਊਗਾ। ਇਹ ਦੇਖ ਸਕਦੇ ਹੋ ਸਾਰਾ ਸਮਾਨ, ਇਹ ਦੀਵਾਲੀ ਮੌਕੇ ਤੁਹਾਡੇ ਘਰ ਦਾ ਆਪਣਾ ਸਮਾਨ ਹੈ। TV ਹੋਵੇ, ਫਰਿੱਜ ਹੋਣ, ਸੋਫਾ ਸੈੱਟ ਹੋਵੇ, ਕੂਲਰ, LED ਕੋਈ ਵੀ ਸਮਾਨ ਹੋਵੇ ਸਾਰਾ ਇੱਥੇ ਕੱਟੇ ਜਾ ਰਿਹਾ। ਗੀਜ਼ਰ ਤੱਕ 2000 ਰੁਪਏ ਦੇ, ਪੱਖੇ ਤੱਕ 500-500 ਰੁਪਏ ਦੇ ਕੱਟੇ ਜਾ ਰਹੇ ਨੇ। ਸੋ ਆਓ ਵੱਧ ਚੜ੍ਹ ਕੇ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ KCI ਰੋਜੀ ਲਾਈਫ ਸਰਹੰਦ। ਹਰ 2 ਦਿਨਾਂ ਦੇ ਵਿੱਚ ਕਈ ਵਾਰ ਤਾਂ ਐਸਾ ਹੁੰਦਾ ਕਿ 1 ਦਿਨ 'ਚ ਸ਼ੋਰੂਮ ਦਾ ਨਕਸ਼ਾ ਬਦਲ ਜਾਂਦਾ ਹੈ। ਨਵਾਂ ਸਟਾਕ ਜੀ ਜਿੰਨਾ ਆਇਆ ਹੁੰਦਾ ਸਾਰਾ ਨਿਕਲ ਜਾਂਦਾ। ਪਿੱਛੇ ਤੁਸੀਂ ਦੇਖ ਰਹੇ ਹੋ ਰੋਜ਼ ਅਸੀਂ ਗੱਡੀਆਂ ਦੀਆਂ ਗੱਡੀਆਂ ਭਰ ਕੇ ਭੇਜ ਰਹੇ ਹਾਂ, ਨਵੀਆਂ ਗੱਡੀਆਂ ਆ ਰਹੀਆਂ ਨੇ, ਪੁਰਾਣੇ ਕੁਆਰ ਦੀਆਂ ਆ ਰਹੀਆਂ ਨੇ, ਨਵਾਂ ਲੈ ਕੇ ਜਾ ਰਹੇ ਨੇਗੇ। ਇਸੇ ਤਰ੍ਹਾਂ ਪੰਜਾਬ ਵਿੱਚ ਸਰਹੰਦ ਸ਼ਹਿਰ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ। ਪਿੱਛੇ ਬੋਰਡ ਦੇਖ ਸਕਦੇ ਹੋ, ਬੋਰਡ ਦੇ ਉੱਪਰ ਕਿੰਨਾ ਕੁਝ ਲਿਖਿਆ ਹੋਇਆ ਹੈ। ਫਰਿੱਜ, ਅਲਮੀਰਾ, ਵਾਸ਼ਿੰਗ ਮਸ਼ੀਨ, TV, ਸਾਰਾ ਪੁਰਾਣਾ ਸਮਾਨ ਤੁਹਾਡਾ ਇੱਥੇ KCI ਰੋਜ਼ੀ ਲਾਈਫ ਸਰਹੰਦ ਵਿੱਚ 5000 ਰੁਪਏ ਦੇ ਵਿੱਚ ਪੁਰਾਣਾ ਸਮਾਨ ਕੱਟਿਆ ਜਾ ਰਿਹਾ। ਤਾਂ ਉਸਨੇ ਜਿਹੜਾ ਰੋਡ ਹੈਗਾ, ਮੇਨ ਹਾਈਵੇ ਰੋਡ ਹੈ ਸਰਹੰਦ ਦਾ, ਇਹ ਆ ਰਿਹਾ ਜੀ ਲੁਧਿਆਣੇ ਤੋਂ, ਇਹ ਜਾ ਰਿਹਾ ਅੱਗੇ ਰਾਜਪੁਰਾ ਅੰਬਾਲਾ, ਇਹਦੇ ਨੇੜੇ ਬੱਸ ਅੱਡਾ, ਬਾਬਾ ਬੰਦਾ ਸਿੰਘ ਬਹਾਦਰ, ਦਾਣਾ ਮੰਡੀ ਜਿਹੜੀ ਮੇਨ GT ਰੋਡ ਦੇ ਉੱਪਰ ਹੈ ਉੱਥੇ ਆਪਣਾ ਸ਼ੋਰੂਮ ਹੈ। ਸਾਹਮਣੇ ਤੁਸੀਂ ਦੇਖ ਰਹੇ ਹੋ ਇੰਡੀਅਨ ਆਇਲ ਦਾ ਪੈਟਰੋਲ ਪੰਪ ਹੈ, ਨਾਲ ਹੀ ਉਹਦੇ ਬਿਜਲੀ ਬੋਰਡ ਦਫ਼ਤਰ ਹੈ। ਸਾਡਾ ਇੱਥੇ ਕੰਮ ਚੱਲ ਰਿਹਾ, ਕਈ ਵਾਰ ਤੁਹਾਨੂੰ ਐਡਰੈਸ ਲੱਭਣ 'ਚ ਭੁਲੇਖਾ ਪੈ ਜੇ, ਇਹ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ, ਉੱਪਰ ਸਾਡਾ ਸ਼ੋਰੂਮ ਬਣ ਰਿਹਾ, ਨੀਚੇ ਤੁਸੀਂ ਅੰਦਰ ਲੰਘ ਕੇ ਆਉਣਾ। ਇਹ ਆਪਣੇ ਸ਼ੋਰੂਮ ਜਮਾ ਕੇ ਦੇਖ ਲੈਂਦੇ ਆ, ਆਪਾਂ ਇਸ ਗੱਦੇ ਦੀ ਕੁਆਲਿਟੀ ਜਮਾ ਲਓ, ਇਹਨੇ ਉੱਤੇ ਗੱਡੀ ਚਾੜ ਕੇ ਦੇਖ ਲਓ। ਆ ਜਾਓ ਆਪਾਂ ਲੈ ਚੱਲਦੇ ਹਾਂ ਬਾਹਰ। ਨਹੀਂ ਗੱਡੀ ਚੜ੍ਹ ਤੇ ਗੱਡੀ 6 ਮਹੀਨੇ, ਸਾਲ, 2 ਸਾਲ, 5 ਸਾਲ, 15 ਸਾਲ ਖੜੀ ਰਹੇ ਤਾਂ ਵੀ ਗਰੰਟੀ ਹੈ। 15 ਸਾਲ ਇਸ ਗੱਦੇ ਦੀ ਜਿਹੜੀ ਗਰੰਟੀ ਹੈ ਜੀ। ਬਾਕੀ ਤੁਸੀਂ ਆਪ ਦੇਖੋ ਕਿ ਗੱਡਾ ਰਹੀ ਹੈ ਉਸ ਗੱਦੇ ਤੇ ਚੜ੍ਹਦੀ ਹੈ, ਪਰ ਇਨਸਾਨ ਨਾਲੋਂ ਤਾਂ ਗੱਡੀ ਬਹੁਤ ਹੈਵੀ ਹੁੰਦੀ ਹੈ, ਭਾਰੀ ਹੁੰਦੀ ਹੈ। ਤੁਸੀਂ ਦੇਖੋ ਤੇ ਗੱਦੇ ਦੇ ਉਹ ਚੜ੍ਹ ਗਈ ਹੈ, ਉੱਤੋਂ ਦੀ ਲੰਘ ਜੂਗੀ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਤਾਂ ਇਸ ਕਰਕੇ ਨਹੀਂ ਖਾਸ ਬਣਾਇਆ ਗੱਦਾ ਕਿਤੋਂ, ਜਿਹੜੀ ਇਹ ਕੰਪਨੀ ਹੈ ਸਰ, ਅਸੀਂ ਆਪ ਇਹਨੂੰ ਕੁਛ ਨਹੀਂ ਹੁੰਦਾ। ਆਹ ਦੇਖੋ ਉਹੋ ਜਿਹਾ ਗੱਦਾ ਪਿਆ ਹੋਊਗਾ, ਉਹੀ ਜੀ ਗੁੱਦ ਪਈ ਨਿਕਲੂਗੀ ਵਿੱਚੋਂ, ਕਿਉਂਕਿ HR ਦੀ ਫੋਮ ਵਰਤੀ ਜਾਂਦੀ ਹੈ। ਕਿਤੇ ਕੋਈ ਫਰਕ ਪਿਆ? ਬਿਲਕੁਲ ਨਹੀਂ ਫਟਦੀ, ਬਿਲਕੁਲ ਨਹੀਂ ਫਟਦਾ। ਤੁਸੀਂ ਕਿਤੋਂ ਦੇਖ ਲਓ ਕਿਤੋਂ ਦਬਿਆ ਹੋਵੇ। ਇੱਕ ਵਾਰ ਤੁਹਾਡੇ ਫੇਰ ਫਾਇਦੇ ਕਰਵਾਉਣੇ ਆ, ਦੀਵਾਲੀ ਤੇ ਕਰਵਾਏ ਸੀਗੇ, ਇਸ ਵਾਰ ਵੱਡਾ ਧਮਾਕਾ। ਕਹਿੰਦੇ ਜੀ ਪਹਿਲੇ 1100 ਕਸਟਮਰਾਂ ਲਈ, 2024 ਦਾ ਪਹਿਲੇ 1100 ਕਸਟਮਰਾਂ ਲਈ ਨਵੀਂ ਆਫਰ, KCI ਰੋਜੀ ਲਾਈਫ ਸਰਹੰਦ ਵਿੱਚ ਤੁਹਾਡੇ ਫਾਇਦੇ ਕਰਵਾਵਾਂਗੇ। ਤੇ ਆਓ ਚੱਲ, ਇਹ LED 32 ਇੰਚ ਆ, ਗੂਗਲ, ਐਂਡਰਾਇਡ ਫੋਨ ਸਾਰਾ ਕੁਛ ਇਹਦੇ ਨਾਲ ਅਟੈਚ ਹੁੰਦਾ, ਨੈੱਟ, ਜੋ ਵੀ ਅੱਜ ਦੀ ਲੇਟੈਸਟ ਟੈਕਨੋਲੋਜੀ ਹੈ। ਪਰ ਇਹਦੇ ਨਾਲ ਜਿਹੜੇ 1100 ਗਾਹਕਾਂ ਦੇ ਵਿੱਚ ਹੈ ਉਹਦੇ ਨਾਲ ਪੂਰਾ ਇਹ LED ਪੈਨਲ ਹੈ ਜਿਹੜਾ ਉਹ ਫ੍ਰੀ ਹੈ, LED ਦੇ ਨਾਲ ਇਹ ਫ੍ਰੀ ਹੈ, ਉਹਦਾ ਕੋਈ ਪੈਸਾ ਨਹੀਂ ਹੈਗਾ। ਸਿਰਫ LED ਨੇ ਨਾ ਉੱਪਰ ਗਿਫਟ ਪਏ, ਇਹ ਉਸ ਟਾਈਮ ਤੇ ਨਹੀਂ ਸੀਗੇ। ਇਸ ਵਾਰ ਜਿਹੜਾ 1100 ਗਾਹਕ ਹੈ ਜਿਹੜਾ ਰਹਿ ਗਿਆ ਸੀਗਾ ਉਹਨਾਂ ਲਈ ਅਸੀਂ ਦੁਬਾਰਾ ਸਕੀਮ ਵਧਾਈ। ਹਰੇਕ ਪ੍ਰੋਡਕਟ ਦਾ ਜਿਹੜਾ ਹੈਗਾ ਉਹ 5000 ਚ ਕੱਟਿਆ ਜਾ ਰਿਹਾ, ਜਿਵੇਂ ਮੈਂ ਦੱਸਿਆ ਵਾਸ਼ਿੰਗ ਮਸ਼ੀਨ, ਕੂਲਰ, ਫਰਿੱਜ, AC, ਸੋਫਾ, ਹਾਂਜੀ, ਉਹਦੇ ਨਾਲ ਜੋ ਵੀ ਪ੍ਰੋਡਕਟ ਲੈ ਰਿਹਾ ਉਹਦੇ ਨਾਲ ਅਸੀਂ ਗਿਫਟ ਫ੍ਰੀ ਦੇ ਰਹੇ ਹਾਂ। ਇਹ ਵੱਡੇ ਗਿਫਟ ਜਿਹੜੇ ਫਰਿੱਜ ਨੇ ਇਹਨਾਂ ਦੇ ਵਿੱਚ ਵੀ, ਚਾਹੇ ਤੁਸੀਂ ਛੋਟਾ ਫਰਿੱਜ ਲੈ ਲਓ ਚਾਹੇ ਵੱਡਾ ਫਰਿੱਜ ਲੈ ਲਓ, ਇਹਨਾਂ ਫਰਿੱਜਾਂ ਦੇ ਵਿੱਚ ਵੀ ਤੁਹਾਡਾ 5000 ਦਾ ਜਿਹੜਾ ਪੁਰਾਣਾ ਫਰਿੱਜ ਆ ਉਹ ਕੱਟਿਆ ਜਾਊਗਾ। ਫਰਿੱਜ ਦੇ ਨਾਲ ਵੀ ਗਿਫਟ ਆ, ਇਸੇ ਤਰ੍ਹਾਂ LED ਹੈ ਉਹਦੇ ਨਾਲ ਵੀ ਗਿਫਟ ਹੈ ਤੁਹਾਡੀ LED, ਪੁਰਾਣਾ TV ਜਿਹੜਾ ਪਿਆ ਉਹ ਵੀ ਅਸੀਂ ਤੁਹਾਡਾ 5000 ਚ ਕੱਟਾਂਗੇ। 5 ਸੀਟਰ ਜੀ, 7 ਸੀਟਰ, 9 ਸੀਟਰ, 11 ਸੀਟਰ, 10 ਸੀਟਰ, ਸਾਰਾ ਕੋਈ ਵੀ ਉਹਦੀ ਡਿਮਾਂਡ ਹੈ ਕਿਹੋ ਜੀ, ਹਰ ਇੱਕ ਉਹਨੂੰ ਜਿਹੜਾ ਸੋਫਾ ਮਿਲ ਜਾਂਦਾ। ਇੱਕ ਤੁਹਾਨੂੰ ਹੋਰ ਵੱਡੀ ਆਫਰ ਦੱਸ ਦਿੰਦਾ ਕਿ ਤੁਸੀਂ ਵੀ ਚੜ੍ਹ ਜਾਓ ਨਾਲ, ਆ ਜਾਓ ਇੱਕ ਵਾਰੀ ਚੜ੍ਹ ਕੇ ਦੇਖੋ ਔਰ ਕਿੰਨੀ ਤਗੜੀ ਚੀਜ਼ ਹੈ, ਹੈਵੀ ਹੈ। ਹਾਂਜੀ ਹਾਂ, ਪੂਰੀ ਹੈਵੀ ਹੈ, ਵਧੀਆ। ਹਾਂਜੀ, ਇਸੇ ਤਰ੍ਹਾਂ ਇਹ ਟੱਬ ਕੁਆਲਿਟੀ ਤੇ ਤੁਹਾਨੂੰ ਦੱਸਿਆ ਕਿ ਅਸੀਂ ਕਦੇ ਕੰਪਰੋਮਾਈਜ਼ ਨਹੀਂ ਕਰਦੇ, ਕੋਈ ਵੀ ਚੀਜ਼ ਹੋਵੇ ਤਾਂ ਕੁਆਲਿਟੀ ਪੱਖੋਂ ਹਰ ਚੀਜ਼ ਹੈ ਜਿਹੜੀ ਤੁਹਾਨੂੰ ਵਧੀਆ ਮਿਲੂਗੀ। ਬੈੱਡ ਸਰ ਆਪਣੇ ਕੋਲ ਜਿਵੇਂ 17000 ਤੋਂ ਸਟਾਰਟ ਹੋ ਗਏ, 5000 ਚ ਉਹਦਾ ਪੁਰਾਣਾ ਕੱਟਿਆ ਗਿਆ, ਉਹ 12000 ਦਾ ਹੀ ਪੈਂਦਾ। 12000 ਦਾ ਸਪਰਿੰਗ ਵਾਲਾ ਗੱਦਾ, ਜਿਹੋ ਜਿਹੇ ਤਾਜ ਹੋਟਲਾਂ 'ਚ ਗੱਦੇ ਹੁੰਦੇ ਨੇ ਉਹਦੇ ਨਾਲ ਦਾ ਗੱਦਾ ਤੁਹਾਨੂੰ ਇੱਥੇ ਮਿਲੂਗਾ ਅਵੇਲੇਬਲ ਆ। ਬੈੱਡ ਦਾ ਤੁਸੀਂ ਦੇਖ ਲਓ, ਸ਼ਾਇਦ ਹੀ ਇਹੋ ਜਿਹਾ ਬੈੱਡ ਅਸੀਂ ਕਿਤੇ ਦੇਖਿਆ ਹੋਵੇ। ਤੁਸੀਂ ਕੂਲਰ ਦੇਖ ਰਹੇ ਹੋ, ਕੂਲਰਾਂ ਦੇ ਨਾਲ ਵੀ ਗਿਫਟ ਰੱਖੇ ਨੇ, ਹਰ ਆਈਟਮ ਦੇ ਨਾਲ ਗਿਫਟ ਆ ਜੀ ਪਹਿਲੇ 1100 ਗਾਹਕਾਂ ਲਈ। ਇਹ ਧਿਆਨ 'ਚ ਰਹੇ, ਸਿਰਫ 1100 ਗਾਹਕਾਂ ਦਾ 5000 ਦੇ ਵਿੱਚ ਪੁਰਾਣਾ ਸਮਾਨ ਕੱਟਿਆ ਜਾਊਗਾ ਔਰ ਉਹਨਾਂ ਨੂੰ ਇਹ ਜਿਹੜਾ ਗਿਫਟ ਮਿਲੂਗਾ। ਤੁਸੀਂ ਕੂਲਰ ਕੋਈ ਵੀ ਲੈ ਲਓ, ਤੁਹਾਡਾ ਪੁਰਾਣਾ ਕੂਲਰ ਕਿਹਾ ਜਿਹਾ ਵੀ ਹੈ ਉਹ 5000 ਚ ਕੱਟਿਆ ਜਾਊਗਾ। ਜਿਵੇਂ ਹੁਣ ਚਾਦਰ ਲੈ ਲਓ, ਇਸੇ ਚਾਦਰ ਦੀ ਆਪਾਂ ਗੱਲ ਕਰੀਏ, ਸਟਾਕ ਦੀ ਕਮੀ ਨਹੀਂ ਹੈ ਨਾ, ਕਾਸੇ ਦੀ ਕਮੀ ਨਹੀਂ। ਹੁਣ ਇਹਦਾ ਜਿੰਨਾ ਰੇਟ ਹੈ ਚਾਦਰ ਦਾ, ਉਹਦਾ
ਪਹਿਲਾਂ 50% ਡਿਸਕਾਊਂਟ ਔਰ ਡਿਸਕਾਊਂਟ ਤੋਂ ਬਾਅਦ ਇੱਕ ਚਾਦਰ ਨਾਲ ਇੱਕ ਫ੍ਰੀ ਇਦੋਂ ਉੱਪਰ ਦੀ ਕੀ ਹੋ ਜਾਊਗਾ ਇਸ ਚਾਦਰ ਨਾਲ 50% ਡਿਸਕਾਊਂਟ ਪਹਿਲਾਂ ਉਸ ਤੋਂ ਬਾਅਦ ਇੱਕ ਚਾਦਰ ਨਾਲ ਇੱਕ ਫ੍ਰੀ ਕਲਰ ਜਿਹੜੇ ਡਿਜ਼ਾਈਨ ਵਗੈਰਾ ਪਏ ਨੇ ਸਾਰੇ ਇਸ ਦੇ ਵਿੱਚ ਮੌਜੂਦ ਨੇ ਸਾਰੇ ਸਾਰੇ ਡਿਜ਼ਾਈਨ ਕਲਰ ਜਿਹੜਾ ਮਰਜ਼ੀ ਲੈ ਲਓ ਜੀ ਸਾਰੇ ਡਿਜ਼ਾਈਨ ਜਿਹੜੇ ਅਵੇਲੇਬਲ ਨੇ ਅਸੀਂ ਤੁਹਾਨੂੰ ਸਾਡੇ ਸਟਾਫ ਦੇ ਰੂਬਰੂ ਕਰਾਉਣ ਜਾ ਰਹੇ ਹਾਂ ਜਿਹੜਾ ਤੁਹਾਨੂੰ ਇੱਥੇ ਆਇਆ ਨੂੰ ਵੈਲਕਮ ਕਰਦਾ ਨਾਲ ਸਾਰਾ ਜਿਹੜਾ ਸਮਾਨ ਹੈ ਸਾਡਾ ਡਿਸਪਲੇ ਦੇ ਵਿੱਚ ਉਹ ਐਕਸਪਲੇਨ ਕਰਦਾ ਉਹ ਤੁਹਾਨੂੰ ਸਾਡੇ ਸਟਾਫ ਦੇ ਰੂਬਰੂ ਕਰਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਕਿ ਸਾਡਾ ਜਿਹੜਾ ਸਾਡਾ ਸਟਾਫ ਹੈ ਪੂਰਾ ਸਹਿਯੋਗ ਦਿੰਦੇ ਨੇ ਸਾਨੂੰ ਪੂਰਾ ਸਹਿਯੋਗ ਦੇ ਰਹੇ ਨੇ ਜੀ ਇਹਨਾਂ ਦੀ ਬਦੌਲਤੀ ਸਾਰੇ ਕਸਟਮਰਾਂ ਦਾ ਫਾਇਦਾ ਹੋ ਰਿਹਾ ਪੂਰੀ ਗਾਈਡਲਾਈਨ ਕਰਦੇ ਨੇ ਉਹਨਾਂ ਕਸਟਮਰਾਂ ਨੂੰ ਤੇ ਜਿਹੜੇ ਇੱਥੇ ਆਉਂਦੇ ਨੇ ਆਪਣਾ ਪੁਰਾਣਾ ਸਮਾਨ ਹੈ ਜਿਹੜਾ 5000 ਦੇ ਵਿੱਚ ਕਟਵਾਉਂਦੇ ਨੇ ਬਾਕੀ ਦਰਸ਼ਕਾਂ ਨੂੰ ਦੁਬਾਰਾ ਫਿਰ ਬੇਨਤੀ ਹੈ ਕਿ ਆਪਣਾ ਪੁਰਾਣਾ ਸਮਾਨ ਫਟਾਫਟ ਲਿਆਓ ਕਿਉਂਕਿ ਪਹਿਲੇ 1100 ਕਸਟਮਰਾਂ ਲਈ ਇਹ ਆਫਰ ਹੈਗੀ ਤਾਂ ਪੁਰਾਣਾ ਸਮਾਨ 5000 ਦੇ ਵਿੱਚ ਕਟਵਾ ਕੇ ਨਵਾਂ ਲੈ ਜਾਓ ਤਾਂ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਲੱਗਦਾ ਵੀ ਪੰਜਾਬ ਵਿੱਚ ਸਰਹੰਦ ਸ਼ਹਿਰ ਵਿੱਚ ਪਹਿਲੀ ਵਾਰ ਹੋਣ ਜਾ ਰਹੇ ਆ ਪਿੱਛੇ ਬੋਰਡ ਦੇਖ ਸਕਦੇ ਹੋ ਬੋਰਡ ਦੇ ਉੱਪਰ ਕਿੰਨਾ ਕੁਝ ਲਿਖਿਆ ਹੋਇਆ ਹੈ ਫਰਿੱਜ ਅਲਮੀਰਾ ਵਾਸ਼ਿੰਗ ਮਸ਼ੀਨ ਟੀਵੀ ਸਾਰਾ ਪੁਰਾਣਾ ਸਮਾਨ ਤੁਹਾਡਾ ਇੱਥੇ KCI ਰੋਜ਼ੀ ਲਾਈਫ ਸਰਹੰਦ ਵਿੱਚ 5000 ਰੁਪਏ ਦੇ ਵਿੱਚ ਪੁਰਾਣਾ ਸਮਾਨ ਕੱਟਿਆ ਜਾ ਰਿਹਾ ਤਾਂ ਉਸ ਖੁਪਾਲ ਸਰ ਸਾਡੇ ਨਾਲ ਮੌਜੂਦ ਨੇ ਸਰ ਪਹਿਲਾਂ ਤਾਂ ਐਡਰੈਸ ਕਲੀਅਰ ਕਰ ਦਿਓ ਇੱਕ ਵਾਰੀ ਕਸਟਮਰਾਂ ਨੂੰ ਵੀ ਆਉਣਾ ਕਿੱਥੇ ਹੈ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੋ ਇਸ ਵੀਡੀਓ ਨੂੰ ਦੇਖ ਰਹੇ ਹੋ ਪਹਿਲਾਂ ਤੁਹਾਨੂੰ ਮੈਂ ਸੁਨੇਹਾ ਲਾਉਣਾ ਚਾਹੁੰਦਾ ਪਿਛਲੀ ਵਾਰ ਜਿਨ੍ਹਾਂ ਨੇ ਸਾਡੀ ਵੀਡੀਓ ਨੂੰ ਸ਼ੇਅਰ ਕੀਤਾ ਸੀਗਾ ਸਾਨੂੰ ਉਹਨਾਂ ਨੇ ਸਕਰੀਨਸ਼ਾਟ ਭੇਜਿਆ ਸੀ ਉਹਨਾਂ ਨੂੰ ਗਿਫਟ ਕੋਰੀਅਰ ਕਰਤਾ ਜਿਹੜੇ ਦੋਸਤ ਸਾਡੇ ਸ਼ੇਅਰ ਕਰਕੇ ਰਹਿ ਗਏ ਸਾਨੂੰ ਸਕਰੀਨਸ਼ਾਟ ਨਹੀਂ ਭੇਜ ਪਾਏ ਉਹ ਪੁਰਾਣੀ ਵੀਡੀਓ ਪਹਿਲੀ ਦਾ ਦੁਬਾਰਾ ਸਕਰੀਨਸ਼ਾਟ ਭੇਜ ਦਿਓ ਤਾਂ ਕਿ ਅਸੀਂ ਦੁਬਾਰਾ ਤੁਹਾਡਾ ਗਿਫਟ ਕੋਰੀਅਰ ਕਰ ਸਕੀਏ ਦੂਸਰੀ ਵੀਡੀਓ ਦੁਬਾਰਾ ਬਣ ਰਹੀ ਹੈ ਇਹਦੇ ਵਿੱਚ ਵੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਨੂੰ ਸਕਰੀਨਸ਼ਾਟ ਭੇਜੀ ਚੱਲੋ ਅਸੀਂ ਤੁਹਾਡਾ ਗਿਫਟ ਨਾਲ ਦੀ ਨਾਲ ਕੋਰੀਅਰ ਕਰੀ ਚੱਲਾਂਗੇ ਪਿਛਲੀ ਵਾਰ ਦੀਵਾਲੀ ਤੋਂ ਪਹਿਲਾਂ ਜਿਹੜੇ ਰਹਿ ਗਏ ਸੀਗੇ ਉਹ ਕਿਰਪਾ ਕਰਕੇ ਆਪਣਾ ਸਕਰੀਨਸ਼ਾਟ ਭੇਜ ਦਿਓ ਨੰਬਰ ਸਕਰੀਨ ਤੇ ਚੱਲ ਰਹੇ ਨੇ ਉਹਨਾਂ ਤੇ ਵਟਸਐਪ ਕਰ ਦਿਓ ਤੇ ਆਪਾਂ ਖੜੇ ਕਿੱਥੇ ਇੱਕ ਵਾਰ ਦੱਸ ਦਿਓ ਕਸਟਮਰਾਂ ਨੂੰ ਹਾਂਜੀ ਇਹ ਜਿਹੜਾ ਰੋਡ ਹੈਗਾ ਮੇਨ ਹਾਈਵੇ ਰੋਡ ਹੈ ਸਰਹੰਦ ਦਾ ਇਹ ਆ ਰਿਹਾ ਜੀ ਲੁਧਿਆਣੇ ਤੋਂ ਇਹ ਜਾ ਰਿਹਾ ਅੱਗੇ ਰਾਜਪੁਰਾ ਅੰਬਾਲਾ ਇਹਦੇ ਨੇੜੇ ਬੱਸ ਅੱਡਾ ਬਾਬਾ ਬੰਦਾ ਸਿੰਘ ਬਹਾਦਰ ਦਾਣਾ ਮੰਡੀ ਜਿਹੜੀ ਮੇਨ GT ਰੋਡ ਦੇ ਉੱਪਰ ਹੈ ਉੱਥੇ ਆਪਣਾ ਸ਼ੋਰੂਮ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਇੰਡੀਅਨ ਆਇਲ ਦਾ ਪੈਟਰੋਲ ਪੰਪ ਹੈ ਨਾਲ ਹੀ ਉਹਦੇ ਬਿਜਲੀ ਬੋਰਡ ਦਫ਼ਤਰ ਹੈ ਸਾਡਾ ਇੱਥੇ ਕੰਮ ਚੱਲ ਰਿਹਾ ਕਈ ਵਾਰ ਤੁਹਾਨੂੰ ਐਡਰੈਸ ਲੱਭਣ 'ਚ ਭੁਲੇਖਾ ਪੈ ਜੇ ਇਹ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਉੱਪਰ ਸਾਡਾ ਸ਼ੋਰੂਮ ਬਣ ਰਿਹਾ ਨੀਚੇ ਤੁਸੀਂ ਅੰਦਰ ਲੰਘ ਕੇ ਆਉਣਾ ਇਹ ਆਪਣਾ ਹੀ ਸ਼ੋਰੂਮ ਬਣ ਰਿਹਾ ਇਹ ਆਪਣਾ ਹੀ ਬਣ ਰਿਹਾ ਜੀ ਇਹਦੇ ਪਿਛਲਾ ਪਾਸਾ ਆਪਾਂ ਸਾਰਾ ਵੀਡੀਓ ਦੇ ਵਿੱਚ ਦਿਖਾਵਾਂਗੇ ਦਾਣਾ ਮੰਡੀ ਵੀ ਦਿਖਾਵਾਂਗੇ ਤਾਂ ਤੁਸੀਂ ਇੱਥੇ ਆਉਣਾ ਕਿਸੇ ਨੇ ਉਲਝਣਾ ਨਹੀਂ ਇਹ ਪੁਲ ਆ ਰਿਹਾ ਜਿਹੜਾ ਸਰਹੰਦ ਇਹ ਜਿੱਥੇ ਆ ਕੇ ਪੁਲ ਡਾਊਨ ਹੁੰਦਾ ਉੱਥੇ ਹੀ ਸਾਡਾ ਇਹ ਸ਼ੋਰੂਮ ਹੈ ਇਹ ਤੁਸੀਂ ਦੇਖੋ ਪੁਲ ਡਾਊਨ ਹੋ ਗਿਆ ਬਾਬਾ ਬੰਦਾ ਸਿੰਘ ਬਹਾਦਰ ਬੱਸ ਅੱਡੇ ਤੋਂ ਅੱਗੇ ਆ ਕੇ ਥੋੜ੍ਹਾ ਜਿਹਾ ਰਾਜਪੁਰੇ ਵਾਲੀ ਸਾਈਡ ਤਾਂ ਬਾਕੀ ਸਾਡੇ ਨੰਬਰ ਦਿੱਤੇ ਹੋਏ ਨੇ ਸਕਰੀਨਸ਼ਾਟ 'ਤੇ KCI ਰੋਜ਼ੀ ਲਾਈਫ ਸ਼ੋਰੂਮ ਦੇ ਵਿੱਚ ਤੁਸੀਂ ਪਹੁੰਚਣਾ ਪੁਰਾਣਾ ਸਮਾਨ ਲੈ ਕੇ ਕੋਈ ਵੀ ਤੁਹਾਡਾ ਉਹ ਜਿਵੇਂ ਫਰਿੱਜ ਹੋ ਗਿਆ AC ਹੋ ਗਿਆ ਕੂਲਰ ਹੋ ਗਿਆ ਅਲਮੀਰਾ ਹੋ ਗਿਆ ਬੈੱਡ ਹੋ ਗਿਆ 5000 'ਚ ਕੱਟਿਆ ਜਾਊਗਾ ਛੋਟੇ ਮੋਟੇ ਵੀ ਜਿਹੜੇ ਤੁਹਾਡੇ ਪਏ ਨੇ ਪ੍ਰੈਸ ਪੱਖਾ ਛੱਤ ਵਾਲਾ ਫਰਾਟਾ ਪੱਖਾ ਉਹ ਵੀ ਗੱਦੇ ਉਹ ਵੀ ਤੁਹਾਡੇ 2000 'ਚ ਕੱਟੇ ਜਾ ਰਹੇ ਨੇ ਪ੍ਰੈਸ ਤੁਹਾਡੀ ਪੱਖਾ 5500 'ਚ ਕੱਟਿਆ ਜਾ ਰਿਹਾ ਤਾਂ ਅੰਦਰ ਚੱਲਦੇ ਇੱਕ ਵਾਰੀ ਦੇਖਦੇ ਹਾਂ ਵੀ ਕਿਹੜਾ ਕਿਹੜਾ ਨਵਾਂ ਸਮਾਨ ਆਪਣੇ ਕੋਲ ਆਇਆ ਇਸ ਵਾਰ ਬਿਲਕੁਲ ਜੀ ਅੰਦਰ ਚੱਲ ਕੇ ਉਹ ਚੀਜ਼ ਆਪਾਂ ਸਾਰੀ ਦੇਖ ਲੈਂਦੇ ਹਾਂ ਤੁਹਾਨੂੰ ਕਲੀਅਰ ਕਰ ਦਿੰਦੇ ਹਾਂ ਅਤੇ ਆ ਜਾਓ ਦੋਸਤੋ ਇੱਕ ਵਾਰ ਤੁਹਾਡੇ ਫੇਰ ਫਾਇਦੇ ਕਰਵਾਉਣੇ ਆ ਦੀਵਾਲੀ 'ਤੇ ਕਰਵਾਏ ਸੀਗੇ ਇਸ ਵਾਰ ਵੱਡਾ ਧਮਾਕਾ ਕਹਿੰਦੇ ਜੀ ਪਹਿਲੇ 1100 ਕਸਟਮਰਾਂ ਲਈ 2024 ਦਾ ਪਹਿਲੇ 1100 ਕਸਟਮਰਾਂ ਲਈ ਨਵੀਂ ਆਫਰ KCI ਰੋਜ਼ੀ ਲਾਈਫ ਸਰਹੰਦ ਵਿੱਚ ਤੁਹਾਡੇ ਫਾਇਦੇ ਕਰਵਾਵਾਂਗੇ ਅਤੇ ਆਓ ਚੱਲਦੇ ਹਾਂ ਦੇਖਦੇ ਹਾਂ ਵੀ ਸੁਖਪਾਲ ਭਾਅ ਜੀ ਇੱਕ ਵਾਰ ਇਸ ਵਾਰ ਕਿਹੜੇ ਨਵੇਂ ਫਾਇਦੇ ਚੱਲੀ ਭਾਅ ਜੀ ਅੰਦਰ ਹੁਣ ਆਪਾਂ ਹਾਂਜੀ ਹਾਂ ਬਿਲਕੁਲ ਜੀ ਅੰਦਰ ਚੱਲੀਏ ਉਹ ਦਿਖਾਈਏ ਪੁਰਾਣੇ ਸਮਾਨ ਬਦਲੇ ਉਹਨੂੰ ਨਵਾਂ ਕਿੰਨਾ ਵਧੀਆ ਸਮਾਨ ਮਿਲਦਾ ਸ਼ੁਰੂਆਤ ਕਿੱਥੋਂ ਕਰੋਗੇ ਫਿਰ ਸਭ ਤੋਂ ਪਹਿਲਾਂ ਵਾਸ਼ਿੰਗ ਮਸ਼ੀਨਾਂ ਤੇ ਲਾ ਲਓ ਇਹ ਤੁਸੀਂ ਦੇਖ ਰਹੇ ਨਾ ਉੱਪਰ ਗਿਫਟ ਪਏ ਇਹ ਉਸ ਟਾਈਮ ਤੇ ਨਹੀਂ ਸੀਗੇ ਇਸ ਵਾਰ ਜਿਹੜਾ 1100 ਗਾਹਕ ਹੈ ਜਿਹੜਾ ਰਹਿ ਗਿਆ ਸੀਗਾ ਉਹਨਾਂ ਲਈ ਅਸੀਂ ਦੁਬਾਰਾ ਸਕੀਮ ਵਧਾਈ ਹਰੇਕ ਪ੍ਰੋਡਕਟ ਦਾ ਜਿਹੜਾ ਹੈਗਾ ਉਹ 5000 'ਚ ਕੱਟਿਆ ਜਾ ਰਿਹਾ ਜਿਵੇਂ ਮੈਂ ਦੱਸਿਆ ਵਾਸ਼ਿੰਗ ਮਸ਼ੀਨ ਕੂਲਰ ਫਰਿੱਜ AC ਸੋਫਾ ਹਾਂਜੀ ਉਹਦੇ ਨਾਲ ਜੋ ਵੀ ਪ੍ਰੋਡਕਟ ਲੈ ਰਿਹਾ ਉਹਦੇ ਨਾਲ ਅਸੀਂ ਗਿਫਟ ਫ੍ਰੀ ਦੇ ਰਹੇ ਹਾਂ ਇਹ ਵੱਡੇ ਗਿਫਟ ਮਿਲਣਗੇ ਇਹ ਵੱਡੇ ਗਿਫਟ ਵੀ ਨਾਲ ਮਿਲ ਰਹੇ ਨੇ ਹੁਣ ਇਹ ਵਾਸ਼ਿੰਗ ਮਸ਼ੀਨ ਲਾ ਲਓ ਇਹਦੇ ਨਾਲ ਗਿਫਟ ਵੀ ਫ੍ਰੀ ਦੇ ਰਹੇ ਹਾਂ ਤੁਹਾਡੀ 5000 'ਚ ਪੁਰਾਣੀ ਵਾਸ਼ਿੰਗ ਮਸ਼ੀਨ ਕੱਟੀ ਗਈ ਇਹ 11900 ਦੀ ਵਾਸ਼ਿੰਗ ਮਸ਼ੀਨ ਹੈ ਔਰ 5000 ਦੀ ਪੁਰਾਣੀ ਕੱਟ ਕੇ ਤੁਹਾਨੂੰ ਕਿੰਨੇ ਦੀ ਰਹੇਗੀ ਜੀ ਸਿਰਫ 6900 ਦੀ 6900 ਦੀ ਤੇ ਨਾਲ ਇਹ ਗਿਫਟ ਵੀ ਲੱਗਦਾ ਵੀ ਮਹਿੰਗਾ ਲੱਗਦਾ ਬਿਲਕੁਲ ਬਹੁਤ ਵੱਡਾ ਵਧੀਆ ਗਿਫਟ ਹੈ ਜੀ ਔਰ ਸਾਰੀਆਂ ਵਾਸ਼ਿੰਗ ਮਸ਼ੀਨਾਂ ਕੋਈ ਵੀ ਲੈ ਲਓ ਤੁਸੀਂ 6 ਕਿਲੋ ਤੋਂ ਲੈ ਕੇ 12-14 ਕਿਲੋ ਤੱਕ ਹਰੇਕ ਬ੍ਰਾਂਡ ਆ ਦੇ ਵਿੱਚ ਲਗਭਗ ਤੁਹਾਨੂੰ ਮਿਲ ਜੂਗੀ ਜੋ ਬ੍ਰਾਂਡ ਸਾਨੂੰ ਕਟਿੰਗ ਦੇ ਰਿਹਾ ਉਹੀ ਅਸੀਂ ਅੱਗੇ ਕਟਿੰਗ ਦੇ ਰਹੇ ਹਾਂ ਤੁਸੀਂ ਅੱਗੇ ਤੱਕ ਨਜ਼ਰ ਮਾਰ ਲਓ ਪੁਰਾਣੀ ਜੋ ਤੁਹਾਡੀ ਟੁੱਟੀ ਭੱਜੀ ਵਾਸ਼ਿੰਗ ਮਸ਼ੀਨ ਪਈ ਹੈ ਉਹ ਸਾਰੀ ਅਸੀਂ 5000 'ਚ ਕੱਟਾਂਗੇ
इस तरह जिहड़े फ्रिज ने इन्हां दे विच भी चाहे तुसीं छोटा फ्रिज लै लो चाहे वड्डा फ्रिज लै लो इन्हां फ्रिजां दे विच भी तुहाडा 5000 दा जिहड़ा पुराना फ्रिज आ उह कट्टिया जाऊगा। फ्रिज दे नाल भी गिफ्ट मिलणगे? फ्रिज दे नाल भी गिफ्ट मिलूगा जी। इसे तरह अलमीरा ने गियां, इह अलमीरा दे नाल भी जिहड़ा तुहानूं गिफ्ट मिलूगा। इंपोर्टर ने इन्हां अलमीरा नूं चाबी भी नहीं होर कोई लगदी, तुसीं देख रहे हो भट्ठी पेंट होया हुंदा है और इन्नी वधिया अलमीरा है कि जिहड़े ग्राहक लैके गए ने उह याद करदे ने भी इहो जिहा प्रोडक्ट असीं पहली बार देखिया। इसे तरह एलईडी है, उहदे नाल भी गिफ्ट है। तुहाडी एलईडी पुराना टीवी जिहड़ा पिया ਉਹ ਵੀ ਅਸੀਂ ਤੁਹਾਡਾ 5000 ਚ ਕੱਟਾਂਗੇ। ਕੋਈ ਬੱਚਾ ਨਾਲ ਆ ਜਾਂਦਾ ਉਹ ਬੱਚਿਆਂ ਲਈ ਖਿਡੌਣੇ ਵੀ ਇੱਥੇ ਪਏ ਨੇ ਤਾਂ ਕਿ ਕੋਈ ਬੱਚਾ ਨਿਰਾਸ਼ ਹੋ ਕੇ ਨਾ ਜਾਵੇ। ਅੱਛਾ, ਬੱਚੇ ਲਈ ਵੀ ਖਾਸ ਆਫਰ ਰੱਖੀ ਹੋਈ ਹੈ? ਬਿਲਕੁਲ ਜੀ, ਬੱਚੇ ਵੀ ਆਪਣਾ ਖਿਡੌਣਾ ਲੈ ਜਾਣ, ਆਪਣੀਆਂ ਭੈਣਾਂ ਮਾਤਾ ਆਉਂਦੀਆਂ ਨੇ ਪਰਸ ਕੰਨੀਓ ਰਹਿ ਜਾਂਦੀਆਂ ਨੇ, ਉਹਨਾਂ ਨੂੰ ਮਾਰਕੀਟ 'ਚ ਜਾਣਾ ਪੈਂਦਾ, ਉਹ ਪਰਸ ਵੀ ਇੱਥੇ ਮਿਲ ਜਾਂਦਾ, ਡਰੈਸਿੰਗ ਵੀ ਇੱਥੇ ਮਿਲ ਜਾਂਦਾ, ਸੋਫੇ ਵੀ ਇੱਥੇ ਮਿਲ ਜਾਂਦੇ ਨੇ। ਤੁਸੀਂ ਸੋਫੇ ਵੀ ਰੱਖੇ ਹੋਏ ਨੇ? ਹਾਂ, ਸੋਫੇ ਲੱਗਦਾ ਵੀ ਵੱਧ ਸੀਟਰ ਵਾਲੇ ਵੀ ਆਪਣੇ ਕੋਲ ਹੋਣਗੇ? 5 ਸੀਟਰ ਜੀ, 7 ਸੀਟਰ, 9 ਸੀਟਰ, 11 ਸੀਟਰ, 10 ਸੀਟਰ, ਸਾਰਾ ਕੋਈ ਵੀ ਉਹਦੀ ਡਿਮਾਂਡ ਹੈ ਕਿਹੋ ਜੀ, ਹਰ ਇੱਕ ਉਹਨੂੰ ਜਿਹੜਾ ਸੋਫਾ ਮਿਲ ਜਾਂਦਾ। ਇੱਕ ਤੁਹਾਨੂੰ ਹੋਰ ਵੱਡੀ ਔਫਰ ਦੱਸ ਦਿੰਦਾ ਕਿ ਸਾਹਮਣੇ ਆਪਾਂ ਦੇਖ ਰਹੇ ਹਾਂ ਐਲਈਡੀ, ਐਲਈਡੀਆਂ ਤਾਂ ਬਹੁਤ ਪਈਆਂ ਨੇ। ਹਾਂਜੀ ਹਾਂਜੀ, ਤੁਸੀਂ ਉਹ ਦੇਖੋ ਉੱਧਰ ਐਲਈਡੀਆਂ ਪਈਆਂ 32 ਇੰਚ ਤੋਂ ਲੈ ਕੇ 85 ਇੰਚ ਤੱਕ। ਇਹ ਐਲਈਡੀ 32 ਇੰਚ ਹੈ, ਗੂਗਲ ਐਂਡਰਾਇਡ ਫੋਨ ਸਾਰਾ ਕੁਛ ਇਹਦੇ ਨਾਲ ਅਟੈਚ ਹੁੰਦਾ, ਨੈੱਟ ਜੋ ਵੀ ਅੱਜ ਦੀ ਲੇਟੈਸਟ ਟੈਕਨੋਲੋਜੀ ਹੈ। ਪਰ ਇਹਦੇ ਨਾਲ ਜਿਹੜੇ 1100 ਗਾਹਕਾਂ ਦੇ ਵਿੱਚ ਹੈ ਉਹਦੇ ਨਾਲ ਪੂਰਾ ਇਹ ਐਲਈਡੀ ਪੈਨਲ ਹੈ ਜਿਹੜਾ ਉਹ ਫ੍ਰੀ ਹੈ, ਐਲਈਡੀ ਦੇ ਨਾਲ ਇਹ ਫ੍ਰੀ ਹੈ, ਉਹਦਾ ਕੋਈ ਪੈਸਾ ਨਹੀਂ ਹੈਗਾ। ਸਿਰਫ ਐਲਈਡੀ ਖਰੀਦੀ, ਐਲਈਡੀ ਇਸ KCI ਦੀ 32 ਇੰਚ ਦੇ ਨਾਲ ਉਹਨੂੰ ਪੈਨਲ ਫ੍ਰੀ ਹੈ, ਪੈਨਲ ਬਿਲਕੁਲ ਫ੍ਰੀ ਮਿਲੂਗਾ। ਦੇਖੋ ਸਾਰੇ ਜਿਹੜੇ ਪੈਨਲ ਨੇ ਉਹ ਬੁਕਿੰਗ ਦੇ ਵਿੱਚ ਨੇ, ਸਾਰੇ ਕਸਟਮਰ ਜਿਹੜੇ ਲੈ ਕੇ ਗਏ ਨੇ, ਦੀਵਾਲੀ 'ਤੇ ਬਹੁਤ ਲੈ ਕੇ ਗਏ, ਪਰ ਜਿਹੜੇ ਰਹਿ ਗਏ ਸੀਗੇ ਉਹਨਾਂ ਲਈ ਅਸੀਂ ਦੁਬਾਰਾ ਫਿਰ ਔਫਰ ਲਾ ਦਿੱਤੀ ਹੈ। ਪਰ ਇਹ ਯਾਦ ਰਹੇ ਕਿ ਸਿਰਫ 1100 ਗਾਹਕਾਂ ਲਈ। ਸਰ ਪਲਾਸਟਿਕ ਦਾ ਸਮਾਨ ਦਿਖਾ ਰਹੇ ਹੋ ਕਿ ਗਰੰਟੀ ਵੀ ਹੁੰਦੀ ਹੈ ਇਹਨਾਂ ਦੀ? ਸਰ ਤੁਸੀਂ ਪਹਿਲਾਂ ਵੀ ਆਏ ਸੀਗੇ ਹੈ ਨਾ, ਪਿਛਲੇ ਸਾਡੇ ਨਾਲ ਤਕਰੀਬਨ 7-8 ਸਾਲਾਂ ਤੋਂ ਵਰਤ ਰਹੇ ਹੋ, ਅੱਜ ਤੱਕ ਤੁਹਾਨੂੰ ਕੋਈ ਲਾਂਭਾ ਨਹੀਂ ਆਇਆ ਹੈ ਨਾ, ਤਾਂ ਹੁਣ ਗਰੰਟੀ ਵਾਲੀ ਗੱਲ ਸੁਣ ਲਓ ਤੁਸੀਂ। ਆ ਗਰੰਟੀ ਤੁਹਾਨੂੰ ਮੈਂ ਸਾਬਣ ਦਾ ਨਹੀਂ ਦੁਬਾਰਾ ਫਿਰ ਰਿਪੀਟ ਕਰ ਦਿੰਦਾ ਕਿ ਮਾਰਕੀਟ ਜਾਈਏ ਤਾਂ 40-50 ਰੁਪਏ ਦੀ ਮਿਲਦੀ ਹੈ ਔਰ ਇੱਥੇ ਸਿਰਫ 15 ਰੁਪਏ ਦੀ ਮਿਲਦੀ ਹੈ। ਗਰੰਟੀ ਪੱਖੋਂ ਲਾ ਲਈਏ, ਇਹਨੂੰ ਛਿੜ ਦਿਓ ਚਾਹੇ ਉੱਪਰ ਜਾ ਕੇ ਛਿੜ ਦਿਓ, ਟੁੱਟਣ ਦੀ ਫੁੱਟਣ ਦੀ ਔਰ ਉਹ ਸਿੱਟਣ ਦੀ ਤਾਂ ਗੱਲ ਛੱਡੀਏ, ਇਹਦੇ ਉੱਪਰ ਖੜੇ ਹੋ ਜਾਓ, ਜੰਪ ਲੈ ਲਓ, ਇਹ ਤਾਂ ਵੀ ਇਹ ਸਾਬਣ ਦਾ ਨਹੀਂ ਉਸੇ ਤਰ੍ਹਾਂ ਦੀ ਹੈ, ਸਿਰਫ ਬਿਲਕੁਲ ਬੈਂਡ ਨਹੀਂ ਹੁੰਦੀ, ਬੈਂਡ ਨਹੀਂ ਹੁੰਦੀ। ਇਸੇ ਤਰ੍ਹਾਂ ਇਹ ਫੱਟੀ, ਤੁਸੀਂ ਵੀ ਚੜ੍ਹ ਜਾਓ ਨਾਲ, ਆ ਜਾਓ ਇੱਕ ਵਾਰੀ ਚੜ੍ਹ ਕੇ ਦੇਖੋ ਔਰ ਕਿੰਨੀ ਤਕੜੀ ਚੀਜ਼ ਹੈ, ਹਨਾ, ਮਤਲਬ ਕਿ ਹੈਵੀ ਹੈ। ਹਾਂਜੀ ਹਾਂ, ਪੂਰੀ ਹੈਵੀ ਹੈ, ਵਧੀਆ ਹੈ। ਹਾਂਜੀ, ਇਸੇ ਤਰ੍ਹਾਂ ਇਹ ਟੱਬ, ਕੁਆਲਿਟੀ ਦੇ ਤੁਹਾਨੂੰ ਦੱਸਿਆ ਵੀ ਅਸੀਂ ਕਦੇ ਕੰਪਰੋਮਾਈਜ਼ ਨਹੀਂ ਕਰਦੇ, ਕੋਈ ਵੀ ਚੀਜ਼ ਹੋਵੇ ਤਾਂ ਕੁਆਲਿਟੀ ਪੱਖੋਂ ਹਰ ਚੀਜ਼ ਹੈ ਜਿਹੜੀ ਤੁਹਾਨੂੰ ਵਧੀਆ ਮਿਲੂਗੀ, ਵਧੀਆ ਮਿਲੂਗੀ, ਮਤਲਬ ਕਿ ਪਲਾਸਟਿਕ ਦਾ ਸਮਾਨ ਵਧੀਆ। ਹਾਂਜੀ, ਬਹੁਤ ਵਧੀਆ ਪਲਾਸਟਿਕ ਦਾ ਸਮਾਨ ਹੈ। ਇਸੇ ਤਰ੍ਹਾਂ ਚੁੱਲ੍ਹੇ ਨੇ, ਇਸੇ ਤਰ੍ਹਾਂ ਐਲਈਡੀਆਂ, ਗੀਜ਼ਰ, ਚੁੱਲ੍ਹੇ ਕਿੰਨੇ ਬਰਨਰ, 3 ਬਰਨਰ 2 ਬਰਨਰ ਸਾਰੇ ਮਿਲ, ਸਾਰੇ ਮਿਲ ਜਾਣਗੇ ਜੀ, ਹਰ ਚੀਜ਼ ਮਿਲ ਜੂਗੀ। ਓਕੇ, ਪ੍ਰੈਸ ਟੇਬਲ ਲੈ ਲਓ, ਡਰੈਸਿੰਗ ਟੇਬਲ ਲੈ ਲਓ, ਆ ਜਾਓ ਅਗਲੇ ਸੈਕਸ਼ਨ 'ਚ ਚੱਲਦੇ ਹਾਂ ਆਪਾਂ, ਉੱਥੇ ਤੁਹਾਨੂੰ ਬੈੱਡ ਦਿਖਾਉਂਦੇ ਹਾਂ। ਓਕੇ, ਸੋਫੇ ਨਹੀਂ ਲੱਗੇ ਹੋਏ ਸੀਗੇ, ਹੁਣ ਲੱਗਦਾ ਵੀ ਸਾਰੀ ਚੀਜ਼ਾਂ ਨਵੀਆਂ ਆਈਆਂ ਲੱਗਦੀਆਂ। ਸਰ ਮੈਂ ਉਹੀ ਗੱਲ ਕਰ ਰਿਹਾ, ਜਦੋਂ ਦਾ ਤੁਸੀਂ ਆ ਕੇ ਗਏ ਹੋ ਉਦੋਂ ਬਾਅਦ ਸਾਡੇ ਕੋਲ 2 ਦਿਨ ਕੋਈ ਚੀਜ਼ ਟਿਕੀ ਨਹੀਂ, ਤੀਸਰੇ ਦਿਨ ਤਾਂ ਸਾਡੇ ਕੋਲ ਨਵੀਂ ਆ ਜਾਂਦੀ ਹੈ ਹਰ 2 ਦਿਨਾਂ ਦੇ ਵਿੱਚ। ਕਈ ਵਾਰ ਤਾਂ ਐਸਾ ਹੁੰਦਾ ਕਿ 1 ਦਿਨ 'ਚ ਸ਼ੋਰੂਮ ਦਾ ਨਕਸ਼ਾ ਬਦਲ ਜਾਂਦਾ ਹੈ, ਨਵਾਂ ਸਟਾਕ ਜੀ, ਜਿੰਨਾ ਆਇਆ ਹੁੰਦਾ ਸਾਰਾ ਨਿਕਲ ਜਾਂਦਾ। ਪਿੱਛੇ ਤੁਸੀਂ ਦੇਖ ਰਹੇ ਹੋ ਰੋਜ਼ ਅਸੀਂ ਗੱਡੀਆਂ ਦੀਆਂ ਗੱਡੀਆਂ ਭਰ ਕੇ ਭੇਜ ਰਹੇ ਹਾਂ, ਨਵੀਆਂ ਗੱਡੀਆਂ ਆ ਰਹੀਆਂ ਨੇ, ਪੁਰਾਣੇ ਕੁਆਰ ਦੀਆਂ ਆ ਰਹੀਆਂ ਨੇ, ਨਵਾਂ ਲੈ ਕੇ ਜਾ ਰਹੇ ਨੇਗੇ। ਇਸੇ ਤਰ੍ਹਾਂ ਬੈੱਡਾਂ ਦੀ ਕੁਆਲਿਟੀ ਦੇਖ ਲਓ ਕਿ ਇਹ ਮਹਾਰਾਜਾ ਬੈੱਡ ਹੈ, ਇਹ ਐਲ ਈ ਡੀ ਨੇ ਜੀ। ਆਪਾਂ ਸੁਣਦੇ ਹੁੰਦੇ ਸੀਗੇ ਪਹਿਲਾਂ ਕਈ ਵਾਰ ਛੋਟੇ ਹੁੰਦੇ ਕਿ ਮਹਾਰਾਜਾ ਬੈੱਡ, ਅੱਜ ਪਰਮਾਤਮਾ ਨੇ ਇੰਨੀ ਬਖਸ਼ਿਸ਼ ਕੀਤੀ ਆਪਾਂ ਨੂੰ ਕਿ ਆਪਣੇ ਘਰਾਂ ਦੇ ਵਿੱਚ ਵੀ ਉਹ ਮਹਾਰਾਜਾ ਬੈੱਡ ਆਪਾਂ ਲੈ ਜਾਂਗੇ। ਪੈ ਕੇ ਤੁਸੀਂ ਦੇਖੋ, ਸੌਂ ਕੇ ਦੇਖੋ, ਇਹਦੀ ਜਿਹੜੀ ਫੀਲਿੰਗ ਆ ਉਹ ਵੱਖਰੀ ਆ। ਇਹ ਕਿਸ ਰੇਟ ਤੋਂ ਸਟਾਰਟ ਹੋ ਜਾਂਦੇ ਨੇ ਬੈੱਡ? ਬੈੱਡ ਸਰ ਆਪਣੇ ਕੋਲ ਜਿਵੇਂ 17,000 ਤੋਂ ਸਟਾਰਟ ਹੋ ਗਏ, 5,000 'ਚ ਉਹਦਾ ਪੁਰਾਣਾ ਕੱਟਿਆ ਗਿਆ, ਉਹ 12,000 ਦਾ ਹੀ ਪੈਂਦਾ। 12,000 ਦਾ ਹੈਗਾ ਸਪਰਿੰਗ ਵਾਲਾ ਗੱਦਾ, ਜਿਹੋ ਜਿਹੇ ਤਾਜ ਹੋਟਲਾਂ 'ਚ ਗੱਦੇ ਹੁੰਦੇ ਨੇ ਉਹਦੇ ਨਾਲ ਦਾ ਗੱਦਾ ਤੁਹਾਨੂੰ ਇੱਥੇ ਮਿਲੂਗਾ ਅਵੇਲੇਬਲ। ਬੈੱਡ ਦਾ ਤੁਸੀਂ ਦੇਖ ਲਓ, ਸ਼ਾਇਦ ਹੀ ਇਹੋ ਜਿਹਾ ਬੈੱਡ ਅਸੀਂ ਕਿਤੇ ਦੇਖਿਆ ਹੋਵੇ, ਔਰ ਐਲਈਡੀ ਲਾਈਟਾਂ ਚੱਲ ਰਹੀਆਂ ਨੇ, ਐਸੀ ਫੀਲਿੰਗ ਆਉਂਦੀ ਹੈ ਵੀ ਜਿਵੇਂ ਮਹਾਰਾਜਾ ਪਿਆ ਹੁੰਦਾ ਹੈਗਾ। ਇੱਕ ਕਮਰੇ ਦੀ ਲੁੱਕ ਜੀ ਵੀ ਬਣ ਜਾਂਦੀ ਹੈ, ਕਮਰੇ ਮੈਂ ਕਹਿੰਦਾ ਪੂਰੀ ਲੁੱਕ ਬਣ ਜਾਂਦੀ ਹੈ ਜੀ, ਆ ਕੇ ਲੋਕ ਪੁੱਛਦੇ ਨੇ ਵੀ ਇਹ ਬੈੱਡ ਕਿੱਥੋਂ ਲਿਆਂਦਾ। ਹਾਂ ਦੇਖੋ ਵੀ ਕਿੰਨੇ ਵਧੀਆ ਡਿਜ਼ਾਈਨ ਦੇ ਪਏ ਨੇ, ਸਾਰਾ ਲੱਗਦੇ ਨਵੇਂ ਆਏ ਨੇ। ਬਿਲਕੁਲ ਸਾਰਾ ਡਿਜ਼ਾਈਨ ਹੀ ਨਵਾਂ ਆਉਂਦਾ ਜੀ, ਤੁਸੀਂ ਹਫ਼ਤੇ ਬਾਅਦ ਆ ਜਾਓ, 2 ਦਿਨਾਂ ਬਾਅਦ ਆ ਜਾਓ, ਇੱਥੇ ਤੁਹਾਨੂੰ ਇਹਨਾਂ 'ਚੋਂ ਬੈੱਡ ਹੀ ਨਹੀਂ ਮਿਲਣਾ ਕੋਈ। ਇਸੇ ਤਰ੍ਹਾਂ ਉਹ ਗੱਦਾ ਦੇਖੋ, ਬੈਕ ਪੇਨ ਆ ਕਿਸੇ ਨੂੰ ਕੋਈ ਰੀੜ ਦੀ ਹੱਡੀ ਦੀ ਪ੍ਰੋਬਲਮ ਹੈ, ਡਿਸਕ ਦੀ ਪ੍ਰੋਬਲਮ ਹੈ, ਇਹ ਗੱਦੇ ਸਿਰਫ ਸਪੈਸ਼ਲ ਉਹਨਾਂ ਲਈ ਆਉਂਦੇ ਨੇ। ਇਹ ਗੱਦੇ ਜਿਨ੍ਹਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਹੈ, ਬੈਕ ਪੇਨ ਹੈ ਜਿਨ੍ਹਾਂ ਨੂੰ, ਜਾਂ ਕੋਈ ਇੱਦਾਂ ਦੀ ਦਿੱਕਤ ਹੈਗੀ, ਉਹਨਾਂ ਲਈ ਸਪੈਸ਼ਲ ਇਹ ਗੱਦੇ ਬਣੇ ਹੁੰਦੇ ਨੇ ਤਾਂ ਕਿ ਉਹਨਾਂ ਦੀ ਜਿਹੜੀ ਦਿੱਕਤ ਹੈ ਉਹ ਇਹਦੇ ਨਾਲ
ਸੌਫਟ ਹੋ ਜਾਂਦੀ ਹੈ, ਹਲਕੀ ਹੋ ਜਾਂਦੀ ਹੈ, ਪ੍ਰੋਬਲਮ ਹੱਲ ਹੋ ਜਾਂਦੀ ਹੈ ਬਹੁਤ ਹੱਦ ਤੱਕ। ਇਸੇ ਤਰ੍ਹਾਂ ਸਾਡੇ ਕੂਲਰ ਨੇ, ਤੁਸੀਂ ਕੂਲਰ ਦੇਖ ਰਹੇ ਹੋ ਕਿ ਕੂਲਰਾਂ ਦੇ ਨਾਲ ਗਿਫਟ ਰੱਖੇ ਨੇ, ਹਰ ਆਈਟਮ ਦੇ ਨਾਲ ਗਿਫਟ ਹੈ ਜੀ। ਪਹਿਲੇ 1100 ਗਾਹਕਾਂ ਲਈ ਇਹ ਧਿਆਨ 'ਚ ਰਹੇ, ਸਿਰਫ 1100 ਗਾਹਕਾਂ ਦਾ 5000 ਦੇ ਵਿੱਚ ਪੁਰਾਣਾ ਸਮਾਨ ਕੱਟਿਆ ਜਾਊਗਾ ਔਰ ਉਹਨਾਂ ਨੂੰ ਇਹ ਜਿਹੜਾ ਗਿਫਟ ਮਿਲੂਗਾ। ਤੁਸੀਂ ਕੂਲਰ ਕੋਈ ਵੀ ਲੈ ਲਓ, ਤੁਹਾਡਾ ਪੁਰਾਣਾ ਕੂਲਰ ਕਿਹਾ ਜਾ ਵੀ ਹੈ ਉਹ 5000 ਚ ਕੱਟਿਆ ਜਾਊਗਾ। ਜਿਵੇਂ ਇਹ ਮੰਨ ਲਓ 11000 ਦਾ ਕੂਲਰ ਹੈ, 5000 ਚ ਤੁਹਾਡਾ ਕੱਟਿਆ ਗਿਆ, ਤੁਹਾਨੂੰ ਸਿਰਫ ਇਹ 6000 ਦਾ ਰਹਿ ਗਿਆ। ਇਸੇ ਤਰ੍ਹਾਂ ਅੱਡੋ ਅੱਡ ਕੁਆਲਿਟੀ ਹੈ, ਅੱਡੋ ਅੱਡ ਕੰਪਨੀਆਂ ਨੇ, ਹਰੇਕ ਕੂਲਰ ਦੀ ਵੱਖ ਵੱਖ ਕੁਆਲਿਟੀ ਹੈਗੀ। ਕੋਈ ਵੀ ਕੂਲਰ ਲੈ ਲਓ, ਚਾਹੇ ਤੁਸੀਂ ਸੋਫਾ ਲੈ ਜਾਓ, ਚਾਹੇ ਬੈੱਡ ਲੈ ਜਾਓ, ਚਾਹੇ ਤੁਸੀਂ ਵਾਸ਼ਿੰਗ ਮਸ਼ੀਨ ਲੈ ਜਾਓ, ਫਰਿੱਜ ਲੈ ਜਾਓ, ਹਰੇਕ ਤੁਹਾਡਾ ਪੁਰਾਣਾ ਜਿਹੜਾ ਉਹਦੇ ਵਿੱਚ 5000 ਚ ਕੋਈ ਵੀ ਸਮਾਨ ਲੈ ਜਾਓ, ਕੋਈ ਵੀ ਸਮਾਨ ਲੈ ਜਾਓ। ਹਾਂਜੀ ਸਰ, ਅਗਲੇ ਸੈਕਸ਼ਨ 'ਚ ਦਿਖਾਉਂਦੇ ਹਾਂ ਤੁਹਾਨੂੰ, ਜਿਹੜੇ ਅਗਲੇ ਸੈਕਸ਼ਨ ਦੇ ਵਿੱਚ ਸਾਡੇ ਜਿਹੜੇ ਬੈੱਡ ਨੇਗੇ ਜੀ, ਉਹਨਾਂ ਉੱਤੇ ਵੀ ਇਹੀ ਸਕੀਮ ਹੈ ਕਿ ਤੁਹਾਡਾ ਪੁਰਾਣਾ ਕੋਈ ਵੀ ਬੈੱਡ ਹੋਵੇ ਉਹ ਵੀ ਅਸੀਂ 5000 ਦੇ ਵਿੱਚ ਕੱਟਦੇ ਹਾਂ। ਨਹੀਂ ਸਰ, ਬੈੱਡਾਂ ਦੀ ਗੱਲ ਬਾਅਦ 'ਚ ਕਰਾਂਗੇ, ਪਹਿਲਾਂ ਗੱਦੇ ਦੱਸੋ ਵੀ ਗੱਦੇ ਕਿੰਨੀ ਕੁ ਕੁਆਲਿਟੀ ਦੇ ਨੇ। ਸਰ ਕੁਆਲਿਟੀ ਪੱਖੋਂ ਤਾਂ ਮੈਂ ਤੁਹਾਨੂੰ ਦੱਸਿਆ, ਤੁਸੀਂ ਕੋਈ ਵੀ ਗੱਦਾ ਚੱਕ ਲਓ ਤਾਂ ਉਹਦੇ ਉੱਤੇ ਆ ਚੱਕ ਲੈਂਦੇ ਆ, ਲੱਗਦਾ ਵੀ ਦੇਖ ਲੈਂਦੇ ਆ ਇਹਦੀ ਕੁਆਲਿਟੀ ਜਮਾ ਕੇ ਦੇਖ ਲੈਂਦੇ ਆ ਆਪਾਂ ਇਸ ਗੱਦੇ ਦੀ। ਇਸ ਗੱਦੇ ਦੀ ਕੁਆਲਿਟੀ ਜਮਾ ਲਓ, ਇਹਦੇ ਉੱਤੇ ਗੱਡੀ ਚਾੜ ਕੇ ਦੇਖ ਲਓ। ਆ ਜਾਓ ਆਪਾਂ ਲੈ ਚੱਲਦੇ ਆ ਬਾਹਰ। ਨਹੀਂ ਗੱਡੀ ਚੜ ਕੇ ਕਿੱਦਾਂ, ਮਤਲਬ ਟੁੱਟ ਖਰਾਬ ਹੋ ਜੂ ਤਾਂ? ਖਰਾਬ ਹੋ ਜੂ ਤਾਂ ਸਾਡਾ ਔਰ ਨਾ ਖਰਾਬ ਹੋਇਆ ਤੁਹਾਡਾ। ਠੀਕ ਹੈ ਜੀ, ਕੁਆਲਿਟੀ ਦੇਖੋ, 15 ਸਾਲ ਦੀ ਗਰੰਟੀ ਹੈ ਜੀ। ਹਾਂ, ਤੁਸੀਂ ਘਰ ਨੂੰ ਲੈ ਜਾਓ ਜੇ ਖਰਾਬ ਹੋ ਗਿਆ। ਦੇਖਦੇ ਆ ਵੀ ਭਾਅ ਜੀ ਕਹਿੰਦੇ, ਸੁਖੋਵਾਲ ਭਾਅ ਜੀ ਕਹਿੰਦੇ ਵੀ ਗੱਦੇ ਦੀ ਕੁਆਲਿਟੀ ਚੈੱਕ ਕਰਨੀ ਹੈ, ਕਹਿੰਦੇ ਜੇ ਖਰਾਬ ਹੋ ਗਿਆ ਤਾਂ ਸਾਡਾ, ਨਹੀਂ ਖਰਾਬ ਹੋਇਆ ਤੁਹਾਡਾ। ਦੇਖਦੇ ਆ ਵੀ ਗੱਡੀ ਦੇ ਥੱਲੇ ਹੁਣ ਲੰਬਾ ਪਾਉਣਗੇ ਇਹਨੂੰ। ਇਸ ਗੱਦੇ ਦੇ ਉੱਤੇ ਗੱਡੀ 6 ਮਹੀਨੇ, ਸਾਲ, 2 ਸਾਲ, 5 ਸਾਲ, 15 ਸਾਲ ਖੜੀ ਰਹੇ ਤਾਂ ਵੀ ਗਰੰਟੀ ਹੈ। 15 ਸਾਲ ਇਸ ਗੱਦੇ ਦੀ ਜਿਹੜੀ ਗਰੰਟੀ ਹੈ ਜੀ। ਬਾਕੀ ਤੁਸੀਂ ਆਪ ਦੇਖੋ ਕਿ ਗੱਡੀ ਉਸ ਗੱਦੇ ਦੇ ਉੱਤੇ ਖੜੀ ਹੋਊਗੀ, ਦੱਬ ਗਿਆ ਕਰ ਗਿਆ ਸਾਡਾ ਔਰ ਨਹੀਂ ਦੱਬਿਆ ਤੁਹਾਡਾ। ਤੁਸੀਂ ਆਪ ਦੇਖੋ ਗੱਡੀ ਆ ਰਹੀ ਹੈ, ਦੇਖ ਸਕਦੇ ਹੋ, ਟੈਸਟ ਡਰਾਈਵ ਕਰਕੇ ਦੇਖਣਗੇ ਵੀ ਗੱਦਾ ਇੱਥੇ ਪਿਆ ਤੇ ਗੱਡੀ ਉੱਪਰ ਚੜਾਉਣਗੇ। ਗੱਡੀ ਆ ਰਹੀ ਹੈ, ਆਪਾਂ ਕਰ ਰਹੇ, ਤੁਸੀਂ ਕੁਆਲਿਟੀ ਦੇ ਉੱਤੇ ਕਈ ਵਾਰ ਸ਼ੱਕ ਕਰ ਜਾਂਦੇ ਹੋ ਨਾ, ਪਰ ਅਸੀਂ ਕੁਆਲਿਟੀ ਦੇ ਉੱਤੇ ਕਦੇ ਕੰਪਰੋਮਾਈਜ਼ ਨਹੀਂ ਕਰਦੇ। ਹੁਣ ਗੱਡੀ ਆ ਰਹੀ ਹੈ, ਉਸ ਗੱਦੇ 'ਤੇ ਚੜ੍ਹਦੀ ਹੈ, ਪਰ ਇਨਸਾਨ ਨਾਲੋਂ ਤਾਂ ਗੱਡੀ ਬਹੁਤ ਹੈਵੀ ਹੁੰਦੀ ਹੈ, ਭਾਰੀ ਹੁੰਦੀ ਹੈ। ਤੁਸੀਂ ਦੇਖੋ ਅਤੇ ਗੱਦੇ 'ਤੇ ਉਹ ਚੜ੍ਹ ਗਈ ਹੈ, ਉੱਤੋਂ ਦੀ ਲੰਘ ਜੂਗੀ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਤਾਂ ਇਸ ਕਰਕੇ ਇਹ ਖਾਸ ਬਣਾਇਆ ਗੱਦਾ ਕਿਤੋਂ ਜਿਹੜੀ ਇਹ ਕੰਪਨੀ ਹੈ? ਸਰ ਅਸੀਂ ਆਪਣੀ ਮੈਨੂਫੈਕਚਰਿੰਗ ਕਰ ਰਹੇ ਹਾਂ ਹੁਣ ਅੱਜ ਕੱਲ੍ਹ, ਇਸ ਕਰਕੇ ਸਾਨੂੰ ਇਹਦੇ ਉੱਤੇ ਹਜੇ ਵੀ ਉੱਦਾਂ ਹੀ ਪਿਆ, ਉੱਦਾਂ ਦਾ ਪਿਆ। ਤੁਸੀਂ ਦੇਖੋ ਕੋਈ ਫਰਕ ਪਿਆ ਇਹਦੇ ਵਿੱਚ? ਚਾਹੇ ਤੁਸੀਂ ਇਹਨੂੰ ਫਾੜ ਲਓ, ਕਰ ਲਓ, ਕੁਛ ਕਰ ਲਓ, HR ਦੀ ਜਿਹੜੀ ਫੋਰਮ ਇਹਦੇ ਵਿੱਚ ਵਰਤੀ ਜਾਂਦੀ ਹੈ, ਅਤੇ ਤੁਸੀਂ ਕਹੋ ਤਾਂ ਇਹਨੂੰ ਮੈਂ ਫਾੜ ਵੀ ਦਿੰਦਾ ਤਾਂ ਉਹਦੇ ਨਾਲ ਦਾ ਹੀ ਪਿਆ ਹੋਊਗਾ, ਇਹਨੂੰ ਕੁਛ ਨਹੀਂ ਹੁੰਦਾ। ਆਹ ਦੇਖੋ ਉਹ ਜੀ ਗੱਦਾ ਪਿਆ ਹੋਊਗਾ, ਉਹੀ ਜੀ ਗੁੱਦ ਪਈ ਨਿਕਲੂਗੀ ਵਿੱਚੋਂ, ਕਿਉਂਕਿ HR ਦੀ ਫੋਮ ਵਰਤੀ ਜਾਂਦੀ ਹੈ। ਕਿਤੇ ਕੋਈ ਫਰਕ ਪਿਆ? ਬਿਲਕੁਲ ਨਹੀਂ ਫਟਦੀ, ਬਿਲਕੁਲ ਨਹੀਂ ਫਟਦਾ। ਤੁਸੀਂ ਕਿਤੋਂ ਦੇਖ ਲਓ ਕਿਤੋਂ ਦਬਿਆ ਹੋਵੇ। ਇਹ ਨਵੀਂ ਚੀਜ਼ ਹੈ ਨਾ, ਇੱਕ ਗੱਦਾ ਵੀ ਇੰਨੀ ਮਜ਼ਬੂਤੀ, ਗੱਦਾ ਜਮੀ ਨਹੀਂ, ਫੋਮ ਨੂੰ ਕੁਛ ਵੀ ਨਹੀਂ ਹੋ ਰਿਹਾ। ਬਿਲਕੁਲ ਜੀ, ਇਹਦੇ ਉੱਤੋਂ ਐਡੀ ਵੱਡੀ ਗੱਦੀ ਚੜ ਗਈ, ਗੱਡੀ ਚੜ ਗਈ, ਇਹਨੂੰ ਦੱਸੋ ਕੀ ਹੋ ਗਿਆ? ਆਪਾਂ ਸਾਰੇ ਚੜ ਜਾਈਏ ਇਹਦੇ ਉੱਤੇ ਗੱਦੇ ਕਿਤੇ ਤਾਂ ਵੀ ਨਹੀਂ ਇਹ ਫੜਦਾ, ਇੰਨਾ ਮਜ਼ਬੂਤ ਹੈ। 15 ਸਾਲ ਦੀ ਗਰੰਟੀ ਹੈ। ਹੁਣ ਇਦੋਂ ਉੱਤੋਂ ਦੱਸੋ ਕੀ ਕੁਆਲਿਟੀ ਹੋਊਗਾ, ਕੀ ਮਿਲੇਗਾ, ਰੇਟ ਕੀ ਹੋਊਗਾ ਇਹਦਾ? ਰੇਟ ਸਰ ਬਹੁਤ ਜੈਨੂਅਨ ਹੈ ਔਰ ਪੁਰਾਣਾ ਗੱਦਾ ਤੁਹਾਡਾ ਇਹਦੇ ਵਿੱਚ 2000 ਦਾ ਕੱਟ ਦਾਂਗੇ, ਹੋਰ ਪੁਰਾਣਾ ਗੱਦਾ, ਪੁਰਾਣਾ ਗੱਦਾ 2000 ਦਾ ਕੱਟ ਦਾਂਗੇ, ਚਾਹੇ ਉਹ ਕੋਈ ਗਦੈਲਾ ਹੋਵੇ। ਸੁਖਪਾਲ ਭਾਅ ਜੀ ਫਰਨੀਚਰ ਦਾ ਦਿਖਾਤਾ, ਬੈੱਡਸ਼ੀਟ, ਕੰਬਲ ਰੱਖੇ ਨੇ, ਇਹਨਾਂ ਉੱਪਰ ਕੋਈ ਸਕੀਮ ਚੱਲ ਰਹੀ ਹੈ? ਸਰ ਇਹਨਾਂ ਉੱਤੇ ਵੀ ਬੜੀ ਵੱਡੀ ਸਕੀਮ ਹੈਗੀ। ਚਾਦਰ ਲਾ ਲਓ ਤੁਸੀਂ, ਹੁਣ ਚਾਦਰ ਲੈ ਲਓ, ਇੱਥੇ ਚਾਦਰ ਦੀ ਆਪਾਂ ਗੱਲ ਕਰੀਏ, ਸਟਾਕ ਦੀ ਕਮੀ ਨਹੀਂ ਹੈ ਨਾ, ਕਾਸੇ ਦੀ ਕਮੀ ਨਹੀਂ। ਹੁਣ ਇਹਦਾ ਜਿੰਨਾ ਰੇਟ ਹੈ ਚਾਦਰ ਦਾ, ਉਹਦਾ ਪਹਿਲਾਂ 50% ਡਿਸਕਾਊਂਟ ਔਰ ਡਿਸਕਾਊਂਟ ਤੋਂ ਬਾਅਦ ਇੱਕ ਚਾਦਰ ਨਾਲ ਇੱਕ ਫ੍ਰੀ, ਇਦੋਂ ਉੱਪਰ ਦੀ ਕੀ ਹੋ ਜੂਗਾ? ਇਸ ਚਾਦਰ ਨਾਲ, ਇਸ ਚਾਦਰ ਨਾਲ 50% ਡਿਸਕਾਊਂਟ ਪਹਿਲਾਂ, ਉਸ ਤੋਂ ਬਾਅਦ ਇੱਕ ਚਾਦਰ ਨਾਲ ਇੱਕ ਫ੍ਰੀ। ਕਲਰ ਜਿਹੜੇ ਡਿਜ਼ਾਈਨ ਵਗੈਰਾ ਪਏ ਨੇ ਸਾਰੇ ਇਸ ਦੇ ਵਿੱਚ ਮੌਜੂਦ ਨੇ? ਸਾਰੇ ਸਾਰੇ ਡਿਜ਼ਾਈਨ, ਕਲਰ ਜਿਹੜਾ ਮਰਜ਼ੀ ਲੈ ਲਓ ਜੀ, ਸਾਰੇ ਡਿਜ਼ਾਈਨ ਜਿਹੜੇ ਅਵੇਲੇਬਲ ਨੇ। ਔਰ ਇੱਕ ਵਾਰੀ ਤੁਹਾਡੇ ਬੈੱਡ ਤੇ ਇਹ ਚਾਦਰ ਵਿਛ ਗਈ, ਤੁਸੀਂ ਡਬਲ ਬੈੱਡ ਦੀ ਚਾਦਰ, ਸਾਰੀ ਡਬਲ ਬੈੱਡ ਦੀ ਚਾਦਰ ਜੀ, ਔਰ ਨਾਲ 2 ਪਿੱਲੋ, ਪਿੱਲੋ ਵਗੈਰਾ ਸਾਈਜ਼ ਦਾ ਕਿੰਨੇ? ਫੁੱਲ ਸਾਈਜ਼ ਦੇ ਪਿੱਲੋ ਜੀ ਤੇ ਨਾਲ ਡਬਲ ਬੈੱਡ ਦੀ ਚਾਦਰ ਔਰ 50% ਡਿਸਕਾਊਂਟ ਤੇ ਨਾਲ ਹੀ ਇਹਦੇ ਉੱਤੇ ਇੱਕ ਨਾਲ ਇੱਕ ਫ੍ਰੀ, ਇੱਕ ਨਾਲ ਇੱਕ ਫ੍ਰੀ ਚਾਦਰ। ਹਾਂਜੀ, ਕਲਰ ਦੇਖੋ ਤੁਸੀਂ ਕਿੰਨੇ ਕਲਰ ਪਿਆਰੇ ਨੇ, ਔਰ ਕਾਟਨ ਦੀ ਚਾਦਰ ਹੈ ਪੂਰੀ, ਬਿਲਕੁਲ ਪਿਓਰ ਕਾਟਨ ਹੈ ਜੀ। ਔਰ ਪੈ ਕੇ ਇਹੋ ਜਿਹੇ ਬੈੱਡ ਦੇ ਉੱਤੇ ਇਹ ਚਾਦਰ ਵਿਛੀ ਹੋਵੇ ਤਾਂ ਤੁਸੀਂ ਦੇਖੋ ਕਿੰਨਾ ਆਨੰਦ ਆਉਂਦਾ। ਉਸ ਤੋਂ ਬਾਅਦ ਇਹ ਚਾਦਰਾਂ ਲੈ ਲਓ, ਹਰੇਕ ਚਾਦਰ ਨਾਲ ਸਾਡੀ ਜਿਹੜੀ ਹੈਗੀ ਹੈ, ਹੁਣ ਇਹ ਚਾਦਰ ਨਾਲ ਵੀ ਇਹ ਚਾਦਰ ਫ੍ਰੀ ਹੈ ਨਾ। ਤੁਸੀਂ ਕੰਬਲ ਲੈ ਲਓ, ਡਬਲ ਬੈੱਡ ਦਾ ਕੰਬਲ, ਮੇਰਾ ਖਿਆਲ ਹੈ ਪੂਰੇ ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਘੁੰਮ ਜਾਓ ਤੁਸੀਂ, ਤੁਹਾਨੂੰ ਕੰਬਲ ਹੈ ਜਿਹੜਾ ਉਹ ਇੰਨਾ ਵਧੀਆ ਸੌਫਟ, ਤੁਸੀਂ ਕੱਪੜਾ ਦੇਖੋ ਹੈ ਨਾ,
ਇੰਨਾ ਜ਼ਬਰਦਸਤ ਕੱਪੜਾ ਡਬਲ ਬੈੱਡ ਦਾ ਕੰਬਲ ਆ ਸਿਰਫ 900 ਰੁਪਏ ਦੇ ਵਿੱਚ ਸਿਰਫ 900 ਰੁਪਏ ਦਾ ਸਿਰਫ 900 ਦੇ ਵਿੱਚ ਇਹ ਵੱਡੀ ਆਫਰ ਹੈ ਸਿਰਫ ਕੰਬਲਾਂ ਦੇ ਉੱਪਰ ਚਾਦਰਾਂ ਦੇ ਉੱਪਰ ਹਾਂਜੀ ਹਾਂ ਕੰਬਲਾਂ ਦੇ ਉੱਤੇ ਵੱਡੀ ਆਫਰ ਹੈ ਔਰ ਨਾਲ ਗਿਫਟ ਔਰ ਤੁਸੀਂ ਦੇਖੋ ਨਾਲ ਗਿਫਟ ਹੈਗਾ ਇਹ ਵਾਲਾ ਗਿਫਟ ਹਾਂਜੀ ਹਾਂ ਇਸ ਕੰਬਲ ਦੇ ਨਾਲ ਆਹ ਗਿਫਟ ਫ੍ਰੀ ਰਜਾਈ ਲੈ ਲਓ ਤੁਸੀਂ ਅੱਜ ਤੱਕ ਰਜਾਈ ਨਹੀਂ ਸੁਣੀ ਹੋਣੀ ਵੀ ਇੰਨੀ ਸਸਤੀ ਰਜਾਈ ਔਰ ਡਬਲ ਬੈੱਡ ਦੀ ਰਜਾਈ ਸਿਰਫ 1500 ਰੁਪਏ ਦੇ ਵਿੱਚ ਇਹ ਵਾਲੀ ਰਜਾਈ ਇਹ ਵਾਲੀ ਰਜਾਈ ਇੰਨਾ ਪਿਆਰਾ ਕਲਰ ਹੈ ਤੁਸੀਂ ਦੇਖੋ ਡਬਲ ਬੈੱਡ ਤੋਂ ਵੀ ਇਹ ਥੱਲੇ ਆ ਰਹੀ ਹੈ ਇੰਨੀ ਵੱਡੀ ਰਜਾਈ ਹੈ ਔਰ ਤੁਸੀਂ ਕੱਪੜਾ ਦੇਖੋ ਹਨਾ ਔਰ ਹੱਥ ਲਾ ਕੇ ਆਪ ਦੇਖੋ ਇੰਨੀ ਗਰਮੈਸ਼ ਮਾਰਦੀ ਆ ਔਰ ਵਧੀਆ ਚੀਜ਼ ਹੈ ਬਹੁਤ ਵਧੀਆ ਸੌਫਟ ਕੱਪੜਾ ਔਰ ਥੱਲੋਂ ਇੰਨੀ ਗਰਮ ਹੈ ਸਿਰਫ 1500 ਰੁਪਏ ਦੀ ਡਬਲ ਬੈੱਡ ਦੀ ਡਬਲ ਬੈੱਡ ਦੀ ਹਾਂ ਹੁਣ ਇਹਦੇ ਉੱਪਰ ਦੀ ਕੀ ਡਿਸਕਾਊਂਟ ਹੋਊਗਾ ਇਹਦੇ ਨਾਲ ਵੀ ਗਿਫਟ ਫ੍ਰੀ ਪਹਿਲੇ 1100 ਗਾਹਕਾਂ ਨਾਲ ਹਰੇਕ ਨਾਲ ਜਿਹੜਾ ਉਹ ਗਿਫਟ ਫ੍ਰੀ ਹੈ ਸਟਾਕ ਇਹ ਤੋਂ ਇਹੀ ਵੀ ਪੈ ਗਿਆ ਹੋਰ ਵੀ ਪਿਆ ਤਾਂ ਵਾਧੂ ਪਿਆ ਜੀ ਉੱਧਰ ਦੇਖੋ ਜਾ ਕੇ ਸਟਾਕ ਦੀ ਕੋਈ ਕਮੀ ਨਹੀਂ ਕਲਰਾਂ ਦੀ ਕੋਈ ਕਮੀ ਨਹੀਂ ਬਸ ਜਲਦੀ ਆ ਜਾਓ ਪਰ ਪਹਿਲੇ 1100 ਨੂੰ ਇਹ ਆਫਰ ਮਿਲਣੀ ਹੈ ਕਿ ਗਿਫਟ ਹੈ ਜਿਹੜਾ ਉਹ ਨਾਲ ਫ੍ਰੀ ਮਿਲਣਾ ਕੋਈ ਚੀਜ਼ ਉਹਦੀ ਪੁਰਾਣੀ ਕੱਟੀ ਜਾਣੀ ਹੈ ਉਹਦੀ ਪਹਿਲੇ 1100 ਦੇ ਵਿੱਚ ਹੀ ਕੱਟੀ ਜਾਣੀ ਹੈ ਠੀਕ ਹੈ ਫਿਰ ਦੁਬਾਰਾ ਪਹੁੰਚੇ ਦੀਵਾਲੀ ਤੋਂ ਬਾਅਦ ਤੇ ਇਸ ਵਾਰ ਦੇਖਦੇ ਹਾਂ ਕਿਹੜੀ ਨਵੀਂ ਸਕੀਮ ਲੈ ਕੇ ਆਏ ਨੇ ਭਾਜੀ ਸਾਡੇ ਨਾਲ ਮੌਜੂਦ ਨੇ ਸੁਖਪਾਲ ਭਾਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਇਸ ਵਾਰ ਕਿਹੜੀ ਹੁਣ ਸਕੀਮ ਲਗਾ ਰਹੇ ਹੋ ਸਰ ਇਸ ਵਾਰ ਦਾ ਬਹੁਤ ਵੱਡਾ ਧਮਾਕਾ ਕਰ ਦਿੱਤਾ 1100 ਗਾਹਕਾਂ ਲਈ ਹੋਰ ਅਸੀਂ ਵਧਾ ਦਿੱਤਾ ਕਿਉਂਕਿ ਜਿਹੜੇ ਵਿਚਾਰੇ ਰਹਿ ਚੁੱਕੇ ਸੀਗੇ ਉਹਨਾਂ ਦੇ ਫੋਨ ਆ ਰਹੇ ਸੀਗੇ ਵਾਰ ਵਾਰ ਕਿ ਅਸੀਂ ਰਹਿ ਗਏ ਹਾਂ ਲੇਟ ਹੋ ਗਏ ਤੁਸੀਂ ਕਿਰਪਾ ਕਰਕੇ ਇਹਨੂੰ ਅੱਗੇ ਵਧਾਓ ਤਾਂ ਅਸੀਂ ਸਾਡੇ ਜਿਹੜੇ ਬੌਸ ਨੇ ਉਹਨਾਂ ਨਾਲ ਗੱਲ ਕਰਕੇ 1100 ਗਾਹਕਾਂ ਲਈ ਜਦੋਂ ਆਪਾਂ ਅੰਦਰ ਚੱਲਾਂਗੇ ਸ਼ੋਰੂਮ ਦੇ ਤੁਹਾਨੂੰ ਮੈਂ ਦਿਖਾਊਂਗਾ ਕਿ ਉਸ ਤੋਂ ਵੀ ਵੱਡੀ ਆਫਰ ਹੈ ਜਿਹੜੀ ਲਾ ਦਿੱਤੀ ਹੈ 1100 ਗਾਹਕਾਂ ਲਈ ਹੁਣ ਜਿਹੜੀ ਚੀਜ਼ ਆਪਾਂ ਕੱਟ ਰਹੇ ਹਾਂ ਉਹ ਤੁਹਾਨੂੰ ਮੈਂ ਦਿਖਾ ਦਿੰਦਾ ਕਿ ਆਪਾਂ ਇੱਥੋਂ ਸ਼ੁਰੂ ਕਰ ਰਹੇ ਹਾਂ ਕਿਸੇ ਕੋਲ ਕੋਈ ਪੱਖਾ ਪਿਆ ਇਹ ਪੁਰਾਣਾ ਇਹ 500 'ਚ ਕੱਟਿਆ ਜਾਊਗਾ ਪੁਰਾਣਾ ਪੱਖਾ ਇਹ ਪ੍ਰੈਸਾਂ ਪਈਆਂ ਨੇ ਇਹ 500 ਦੀਆਂ ਕੱਟੀਆਂ ਜਾਣਗੀਆਂ ਠੀਕ ਹੈ ਜੀ ਇਸੇ ਤਰ੍ਹਾਂ ਕੋਈ ਵੀ ਗੀਜ਼ਰ ਹੈ ਚਾਹੇ ਦੂਸਰਾ ਭੱਠੀ ਵਾਲਾ ਗੀਜ਼ਰ ਹੈ ਇਹ 2000 'ਚ ਕੱਟਿਆ ਜਾ ਰਿਹਾ ਇਹ ਤੁਸੀਂ ਦੇਖੋ ਗੈਸ ਗੀਜ਼ਰ ਹੈ ਇਹ ਵੀ 2000 'ਚ ਕੱਟਿਆ ਜਾ ਰਿਹਾ ਇਹ ਬਿਜਲੀ ਵਾਲਾ ਗੀਜ਼ਰ ਹੈ ਇਹ ਵੀ 2000 'ਚ ਕੱਟਿਆ ਜਾ ਰਿਹਾ ਸਾਰਾ ਸਮਾਨ ਪੁਰਾਣਾ ਆਪਣੇ ਕੋਲੋਂ ਕੱਟ ਰਿਹਾ ਪੱਖਾ ਇਹ ਵੀ 1000 ਰੁਪਏ 'ਚ ਕੱਟ ਰਿਹਾ ਇਸ ਕਰਕੇ ਤੁਸੀਂ ਦੇਖੋ ਵਾਸ਼ਿੰਗ ਮਸ਼ੀਨ ਹੈ ਇਹ 5000 'ਚ ਕੱਟੀ ਜਾ ਰਹੀ ਹੈ ਵਾਸ਼ਿੰਗ ਮਸ਼ੀਨ ਕਿਸੇ ਕੋਲ ਵੀ ਕੋਈ ਟੁੱਟੀ ਭੱਜੀ ਖਰਾਬ ਹੋਈ ਵਾਸ਼ਿੰਗ ਮਸ਼ੀਨ ਪਈ ਹੈ ਆ ਤੁਸੀਂ ਦੇਖੋ ਇਹ ਸਾਰੀਆਂ ਵਾਸ਼ਿੰਗ ਮਸ਼ੀਨਾਂ 5000 'ਚ ਕੱਟੀਆਂ ਗਈਆਂ ਨੇ ਇਹ ਸਾਰਾ ਮਤਲਬ ਕਿ ਦੀਵਾਲੀ ਦੇ ਮੌਕੇ ਜਿਹੜੀ ਆਪਣੀ ਸੇਲ ਹੋਈ ਹੈ ਉਸ ਤੋਂ ਕੱਟੀਆਂ ਗਈਆਂ ਹਾਂ ਉਹ ਦੀਵਾਲੀ ਮੌਕੇ ਕੱਟੀਆਂ ਗਈਆਂ ਨੇ ਹੁਣ ਅਸੀਂ 1100 ਗਾਹਕਾਂ ਲਈ ਅੱਗੇ ਵਧਾ ਦਿੱਤੀ ਜਿਹੜੇ ਗਾਹਕ ਸਾਡੇ ਰਹਿ ਚੁੱਕੇ ਸੀਗੇ ਉਹਨਾਂ ਦੇ ਫੋਨ ਆਏ ਵੀ ਇਹਨੂੰ ਅੱਗੇ ਵਧਾਓ ਜੀ ਅਸੀਂ ਰਹਿ ਗਏ ਹਾਂ ਇਸ ਕਰਕੇ ਸਾਰੇ ਜਿਹੜੇ ਦਰਸ਼ਕ ਦੇਖ ਰਹੇ ਨੇ ਵੀਡੀਓ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਫਟਾਫਟ ਆ ਜਾਓ KCI ਰੋਜੀ ਲੋ ਸ਼ੋਰੂਮ ਸਰਹੰਦ ਦੇ ਵਿੱਚ ਟੀਵੀ ਪਏ ਨੇ ਸਾਰੇ LCD ਕੱਟੀ ਹੋਈ ਹੈ ਇਹ ਵੀ 5000 'ਚ ਕੱਟੀ ਗਈ ਹੈ ਜੀ ਇਹ LED ਵੀ 5000 'ਚ ਕੱਟੀ ਗਈ ਹੈ ਹੋਰ ਤਾਂ ਛੱਡੋ ਤੁਸੀਂ ਇਹ ਗੱਦਾ ਵੀ 2000 'ਚ ਕੱਟਿਆ ਗਿਆ ਪੁਰਾਣੇ ਗੱਦੇ ਹਾਂਜੀ ਪੁਰਾਣੇ ਗੱਦੇ ਇਹ ਸਾਰੇ ਗੱਦੇ ਦੇਖ ਰਹੇ ਹੋ ਇਹ ਟੇਬਲ ਵੀ ਅਸੀਂ 1000 ਰੁਪਏ 'ਚ ਕੱਟ ਦਿੱਤਾ ਤੁਸੀਂ ਦੇਖੋ ਇਹ ਟੇਬਲ ਇਸੇ ਤਰ੍ਹਾਂ ਅੱਗੇ ਤੁਸੀਂ ਦੇਖ ਲਓ ਟੀਵੀ ਫਰਿੱਜ 5000 'ਚ ਕੱਟਿਆ ਗਿਆ ਇਹ ਕੂਲਰ ਪਏ ਨੇ ਇਹ 5000 'ਚ ਕੱਟਿਆ ਗਿਆ ਕੂਲਰ ਵੀ ਸਾਰੀ ਚੀਜ਼ ਹੈ ਜਿਹੜੀ ਉਹ 5000 'ਚ ਆ ਗੱਦਾ ਦੇਖ ਲਓ ਕੋਈ ਇਹਦੇ ਉੱਤੇ ਘਰੇ ਕੁੱਤਾ ਨਹੀਂ ਬੈਠਦਾ ਇਹ ਵੀ ਅਸੀਂ ਉਹਦਾ 2000 'ਚ ਕੱਟ ਦਿੱਤਾ ਗੱਦੇ ਵੀ ਅਸੀਂ 2000 ਕੂਲਰ ਪਏ ਨੇ ਗੱਦੇ ਪਏ ਨੇ ਮੈਂ ਕਹਿੰਦਾ ਮਤਲਬ ਕਿ ਸਾਰਾ ਸਮਾਨ ਪਿਆ ਫਰਨੀਚਰ ਦਾ ਸਾਰਾ ਲੱਗਦਾ ਵਧੀਆ ਰੇਟ 5000 ਦੇ ਵਿੱਚ ਕੱਟ ਰਹੇ ਤੁਸੀਂ ਸਾਰਾ ਬਿਲਕੁਲ ਜੀ 5000 ਦੇ ਵਿੱਚ ਸੋਫਾ ਹੈ ਕੋਈ ਉਹਦਾ ਜਿਹੜਾ ਸੋਫਾ ਹੈ ਉਹ ਵੀ ਅਸੀਂ 5000 'ਚ ਕੱਟ ਰਹੇ ਹਾਂ ਇਹ ਤੁਸੀਂ ਦੇਖੋ ਪੀੜਾ ਸੈੱਟ ਜਿਹੜੇ ਪੁਰਾਣੇ ਮਿਲਦੇ ਹੁੰਦੇ ਸੀਗੇ ਪੀੜੇ ਸੈੱਟ ਉਹ 5000 'ਚ ਇਹ ਬੈੱਡ ਦੇਖ ਲਓ ਇੱਕ ਇਹਦੇ ਲੱਤ ਨਹੀਂ ਬੈੱਡ ਦੇ ਸਿੰਗਲ ਬੈੱਡ ਹੈ ਨਾ ਕੋਈ ਬਾਕਸ ਹੈ ਇਹ ਵੀ ਅਸੀਂ ਜਿਹੜਾ ਜੋੜਾ ਹੈਗਾ ਉਹ 5000 'ਚ ਹੀ ਪਲਾਈ ਵੀ ਬਿਲਕੁਲ ਹਲਕੀ ਜੀ ਸਰ 5000 'ਚ ਕੱਟ ਬਿਲਕੁਲ ਖਰਾਬ ਹੋਇਆ ਪਿਆ ਸਰ ਅਸੀਂ 5000 'ਚ ਕੱਟ ਰਹੇ ਹਾਂ ਪਰ 1100 ਗਾਹਕਾਂ ਲਈ ਇਹ ਧਿਆਨ ਰਹੇ ਸਿਰਫ 1100 ਗ੍ਰਾਹਕਾਂ ਲਈ ਅਸੀਂ ਇਹ ਸਕੀਮ ਦੁਆਰਾ ਵਧਾ ਦਿੱਤੀ ਹੈ ਕਿ ਉਹ ਫਟਾਫਟ ਆ ਜਾਓ 2024 ਦੇ ਵਿੱਚ ਵੀ ਕੋਈ ਰਹਿ ਨਾ ਜਾਵੇ ਤਾਂ ਉਹ ਆਪਣਾ ਪੁਰਾਣਾ ਸਮਾਨ ਹੈ ਜਿਹੜਾ ਬਦਲ ਕੇ ਸੇਮ ਪ੍ਰੋਡਕਟ ਤੁਸੀਂ ਲੈ ਜਾਓ ਪੁਰਾਣਾ ਜਿਹੜਾ ਹੈਗਾ ਉਹ 5000 ਦੇ ਵਿੱਚ ਕਟਵਾ ਦਿਓ ਕਹਿੰਦੇ ਜੀ ਦੀਵਾਲੀ ਤੋਂ ਬਾਅਦ KCI ਰੋਜ਼ੀ ਲਾਈਫ ਸਰਹੰਦ ਵਾਲਿਆਂ ਨੇ ਨਵੀਂ ਸਕੀਮ ਲਾਤੀ ਸਿਰਫ ਪਹਿਲੇ 1100 ਗਾਹਕਾਂ ਲਈ ਇੱਕ ਵੱਡਾ ਤੋਹਫਾ ਲਾਤਾ ਕਹਿੰਦੇ ਜੀ 1100 ਰੁਪਏ ਦੇ ਵਿੱਚ 1100 ਗਾਹਕਾਂ ਲਈ ਇੱਕ ਵੱਡੀ ਸਕੀਮ ਹੈ ਪੁਰਾਣਾ ਸਮਾਨ ਲੈ ਕੇ ਆਓ ਇੱਥੇ ਦੇਖ ਸਕਦੇ ਹੋ ਕਿਸ ਤਰ੍ਹਾਂ ਦੀਵਾਲੀ ਮੌਕੇ ਇਹਨਾਂ ਦੀ ਆਪਾਂ ਵੀਡੀਓ ਪਾਈ ਸੀ ਬਹੁਤ ਚੱਲੀ ਵੀਡੀਓ ਅਤੇ ਬਹੁਤ ਕਸਟਮਰਾਂ ਦੇ ਫਾਇਦੇ ਵੀ ਹੋਏ ਨੇ ਉਸ ਨੂੰ ਲੈ ਕੇ ਨਵੇਂ ਕਸਟਮਰਾਂ ਦੇ ਆਪਾਂ ਫਾਇਦੇ ਕਰਨੇ ਨੇ ਅਤੇ ਕਹਿੰਦੇ ਵੀ ਫੋਨ ਆ ਰਹੇ ਸੀਗੇ ਵੀ ਇਹ ਸਕੀਮ ਨੂੰ ਅੱਗੇ ਚਾਲੂ ਕੀਤਾ ਜਾਵੇ ਅਤੇ ਉਸ ਨੂੰ ਲੈ ਕੇ ਨਵੇਂ ਜਿਹੜੇ 1100 ਗਾਹਕ ਆਉਣਗੇ ਤਾਂ ਉਹਨਾਂ ਲਈ 5000 ਰੁਪਏ ਦੇ ਸਮਾਨ ਕੱਟਿਆ ਜਾਊਗਾ।